ਅਗਰ ਕੁੜੀਆਂ ਬਹਿ ਬਹਿ ਲੰਘਣ ਲੱਗ ਹੁੰਦੀ ਵੀ ਇਹ ਕਿਹੜਾ ਗੱਲ ਲੰਘਿਆ ਮੁੰਡਾ ਲੱਗ ਹੁੰਦੀ ਹੈ ਇਦਾਂ ਤੂੰ ਕਰਕੇ ਤੇ ਮਨਾ ਚ ਆਪਣੇ ਆਪ ਨੂੰ ਪੁੱਛੇ ਹੋਣਾ ਕਹੀਂ ਆਹ ਸਾਲ ਵਿੱਚ ਕੀ ਕੀਤਾ ਨਹੀਂ ਮੈਂ ਦੀ ਲਿਸ਼ਕਾਂ ਪਰ ਆਪਣੇ ਲਈ ਬੰਦਾ ਜਿੰਦਾ ਹੀ ਨਹੀਂ ਆ ਆਪਣੇ ਜੀਣਾ ਸ਼ੁਰੂ ਕਰੋ ਗੱਡੀ ਆ ਸੋਣਾ ਮੇਰੇ ਲਾਗੇ ਪੈਣਾ ਗੱਲਾਂ ਸੁਣਨੀਆਂ ਸਿੱਧਾ ਦੇਖਣਾ ਪੁੱਤ ਆਸੇ ਪਾਸੇ ਨਹੀਂ ਦੇਖਣਾ ਲੈ ਵੀ ਮਿੱਤਰਾ ਇੰਨਾ ਫਲੈਟਾਂ ਦੀ ਗੱਲ ਕਰਦੇ ਸੀ ਨਾ ਲੈ ਵੀ ਮਿੱਤਰਾ ਦੇ ਓਕੇ ਰਿਪੋਰਟ ਕਰਾਤੀ ਬਹਿ ਜਾ ਬਈ ਜਿਹੜਾ ਤਾਂ ਮੁੱਛਾਂ ਦਾ ਇਦਾਂ ਦਾ ਚਾਹੀਦਾ ਮੈਨੂੰ ਦੀ ਮਜਬੂਰੀ ਹੁੰਦੀ ਉਹਦੇ ਹਾਲਾਤ ਉਦਾਂ ਦੇ ਹੁੰਦੇ ਆ ਹਾਲਾਤਾਂ ਕਰਕੇ ਜ਼ਿੰਦਗੀ 'ਚ ਬੰਦੇ ਨੂੰ ਜੀ ਆ ਜਾ ਉੱਥੇ ਪੈ ਜਾ ਉੱਥੇ ਉਹਨੇ ਤਾਂ ਮੈਂ ਸੌਂ ਹੀ ਮੇਰੇ ਪਿਆਰ ਦੀ ਜੇ ਤੂੰ ਖਰਾਬੀ ਕੀਤੀ ਉਹ ਤੇਰਾ ਭਲਾ ਹੈ ਪਿੰਡ ਜਾ ਕੇ ਵੀ ਸੋਣਾ ਨਸੀਬ ਨਹੀਂ ਹੋਣਾ ਆਪਾਂ ਗੱਲ ਕਿਤੇ ਕੰਮ ਰੋਡ ਤੇ ਪਹੁੰਚ ਕੇ ਤੇ ਹਾਲ ਵੇਖ ਲਓ ਵੱਡੇ ਬੰਦਿਆਂ ਦਾ ਸਾਰਿਆਂ ਨੂੰ ਲਓ ਯਾਰਣੀ ਦੇ ਉੱਠ ਪਏ ਮੈਂ ਆਖਿਆ ਇੱਕ ਹੱਲਾ ਬਲੋਗ ਐਂਡ ਤੋਂ ਵੇਖ ਲਿਓ ਭਾਵੇਂ 12:30 ਸਮਾਂ ਤੇ ਭਾਵੇਂ 1 ਵਜੇ ਉੱਠਣਾ 6 ਵਜੇ ਤੇ ਲੱਗੇ ਬੰਨੇ ਵੱਲ ਤਾਂ ਕੋਸ਼ਿਸ਼ ਹੁੰਦੀ 6 ਵਜੇ ਤੋਂ ਪਹਿਲਾਂ ਪਰ 6 ਵਜੇ ਤੋਂ ਨਾ ਥੋੜ੍ਹਾ ਜਿਹਾ ਲੇਟ ਹੋ ਗਿਆ ਮੈਂ ਲੇਟ ਹੋਣ ਦਾ ਕਾਰਨ ਕਿ ਉਹ ਲਾਓ ਲੇਟ ਸ਼ੁਰੂ ਕੀਤਾ 6:30 ਹੋ ਗਏ ਜਾਣ ਮੇਰੀ ਇਹ ਸੋ ਜਿਹੜਾ ਟਾਈਮ ਸਿਰ ਉੱਠੂਗਾ ਕਹਿੰਦਾ ਜਾ ਉਹੀ ਹੋਣਾ ਜੀ ਲਿਖ ਕੇ ਦੇ ਦਿੰਦਾ ਮੈਂ ਵੀ ਮਿੱਤਰਾ ਉੱਠ ਕੇ ਸਭ ਤੋਂ ਪਹਿਲਾਂ ਪਹਿਲਾਂ ਕੰਮ ਆਪਣਾ ਗਰਮ ਪਾਣੀ ਪੀਣਾ ਗੋਸਾ ਕਰਕੇ ਫਿਰ ਉਸ ਤੋਂ ਬਾਅਦ 2-4 ਮਿੰਟ ਕਰਨੀ ਸੈਰ ਇੱਥੇ ਫਲੈਟ 'ਚ ਘੱਟ ਹੁੰਦੀ ਫਲੈਟ 'ਚ ਅੰਦਰ ਅੰਦਰ ਹੀ ਤੁਰਨਾ ਫਿਰਨਾ ਪੈਂਦਾ ਥੱਲੇ ਜਾਣ ਨੂੰ ਜੀ ਨਹੀਂ ਕਰਦਾ ਇਹ ਵੇਲੇ ਕੀ ਕਰੀਏ ਬੰਦਾ ਠੰਡ ਲੱਗਦੀ ਹੈ ਭਾਈ ਠੰਡ ਹੋ ਗਈ ਜੇ ਇਹ ਹੋਲੇ ਤਾਂ ਸ਼ਾਮ ਹੋ ਵੀ ਮਿੱਤਰਾ ਯਾਰ ਹੁਣ ਹੋ ਗਏ ਤਿਆਰ ਪਰ ਨਾਲ ਦਾ ਕੋਈ ਵੀ ਬੰਦਾ ਉੱਠਿਆ ਨਹੀਂ ਤਾਂ ਟਾਈਮ ਹੋ ਗਿਆ 7:15 ਹੁਣ ਯਾਰ ਹੁਣ ਜਾਣੇ ਗੁਰਦੁਆਰਾ ਸਾਹਿਬ ਅਤੇ ਨਾਲੇ ਉਸ ਤੋਂ ਬਾਅਦ ਜਾਵਾਂਗੇ ਜਿੰਮ ਇੱਥੇ ਤਾਂ ਜਿੰਮ 2 ਟਾਈਮ ਲੱਗਦਾ ਇੱਥੇ ਤਾਂ ਮੈਂ ਨਜ਼ਾਰੇ ਆ ਸਵੇਰੇ ਕਾਰਡੀਓ ਕਰੋ ਸ਼ਾਮ ਨੂੰ ਵਰਕਆਊਟ ਕਰੋ ਕੱਲ੍ਹ ਨੂੰ ਗੱਲਾਂ ਹੁੰਦੀਆਂ ਇੱਥੇ ਤੇ ਆ ਜਾਓ ਫਿਰ ਚੱਲਦੇ ਆ ਮੇਰੀ ਜਾਣਾ ਚੱਲਦੇ ਭਾਈ ਨਿਕਲ ਪਏ ਯਾਰ ਹੁਣੀ ਪਰ ਠੰਡ ਆ ਪਿੰਡ ਵੱਲੋਂ ਮੌਸਮ ਦਾ ਬਹੁਤ ਫਰਕ ਇੱਥੇ ਮੌਸਮ ਠੰਡਾ ਹੋਇਆ ਇੱਥੇ ਯਾਰ ਬੰਦ ਵੇ ਇੱਦਾਂ ਨਹੀਂ ਕਰੀ ਜਾਂਦਾ ਜਾਣਾ ਤੂੰ ਥੱਲੇ ਪੈਣਾ ਹੀ ਆ ਰਾਣੀ ਮਾਂਡੀ ਲਿਸ਼ਕਾਂ ਕਹਿੰਦੀ ਚੱਲ ਵੇ ਢਲਵਾ ਚੱਲੀਏ ਲੈ ਵੀ ਜਿੰਨਾ ਚਿਰ ਗੱਡੀ ਆਪਣੀ 2-4 ਮਿੰਟ ਗਰਮ ਹੋ ਜੂਗੀ ਉਨਾ ਚਿਰ ਮੈਂ ਤੁਹਾਨੂੰ ਕੋਈ ਗੱਲ ਦੱਸਦਾ ਮੈਨੂੰ ਨਾ ਬੜੇ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਕਹਿੰਦੇ ਕਿ ਡਾਰਲਿੰਗ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਸਾਨੂੰ ਸਾਡੇ ਨਾਲ ਇੱਥੇ ਮਾੜੀ ਹੋ ਗਈ ਸਾਡੇ ਨਾਲ ਇੱਦਾਂ ਹੋ ਗਿਆ ਸਾਡੇ ਨਾਲ ਕੋਈ ਚੰਗਾ ਨਹੀਂ ਹੁੰਦਾ ਜਾਣ ਸਬਰ ਇੱਕ ਸੱਚੇ ਦਿਲੋਂ ਜਾਓ ਹੈ ਨਾ ਕਿ ਆਪਣੀਆਂ ਆਪਾਂ ਮੰਗਾਂ ਲੈ ਕੇ ਚੱਲ ਜਾਂਦੇ ਹਾਂ ਪਰ ਰੱਬ ਨੇ ਕੀਤਾ ਆਪਣੇ ਲਈ ਉਹ ਤੋਂ ਵਧੀਆ ਚੀਜ਼ ਨਹੀਂ ਸੋਚ ਕੇ ਰੱਖੀ ਹੁੰਦੀ ਆਪਾਂ ਆਪਣੀਆਂ ਡਿਮਾਂਡਾਂ ਲੈ ਕੇ ਜਾਂਦੇ ਹਾਂ ਪਹਿਲਾ ਕੰਮ ਤਾਂ ਆਪਾਂ ਇਹ ਗਲਤ ਕਰਦੇ ਹੈ ਨਾ ਆਪਾਂ ਮੰਨ ਲਓ ਮੈਂ ਰੱਬ ਕੋਲ ਮੰਗੀ ਜਾਵਾਂਗੇ ਰੱਬਾ ਮੈਨੂੰ ਥਾਰ ਗੱਡੀ ਲੈ ਕੇ ਦੇ ਜਾਂ ਮੈਨੂੰ ਸੱਚੇ ਪਾਤਸ਼ਾਹ ਕਿਰਪਾ ਕਰ ਪਰ ਹੋ ਸਕਦਾ ਕਿ ਮਾਲਕ ਨੇ 6 ਮਹੀਨੇ ਬਾਅਦ ਤੁਹਾਡੇ ਵਾਸਤੇ ਕੋਈ ਇਹੋ ਜਿਹੀ ਚੀਜ਼ ਰੱਖੀ ਹੋਵੇ ਕਿ ਜਿਹੜੀ ਉਹ ਤੋਂ 2-4 ਗੁਣਾ ਵੱਡੀ ਹੋਵੇ ਆਪਾਂ ਪਹਿਲਾਂ ਥੱਲੇ ਡੇ ਪੈਂਦੇ ਹਾਂ ਦੂਜੀ ਗੱਲ ਜਿੱਦਾਂ ਕਹਿੰਦੇ ਆਪਣੇ ਨਾਲ ਮਾੜੀ ਹੁੰਦੀ ਜੇ ਹੁੰਦਾ ਉਹ ਹੁੰਦਾ ਜਾਣ ਜੇ ਤੁਸੀਂ ਰੱਬ ਦਾ ਯਕੀਨ ਰੱਖਦੇ ਜੇ ਤਾਂ ਜਿਹੜਾ ਬੰਦਾ ਤੁਹਾਡੇ ਨਾਲ ਮਾੜੀ ਕਰਦਾ ਵਾ ਤੁਸੀਂ ਉਹਨੂੰ ਇੱਕ ਟਾਈਮ ਦੇ ਕੇ ਭੁੱਲ ਜਾਓਗੇ ਮਹੀਨੇ ਬਾਅਦ ਭੁੱਲ ਜਾਓਗੇ 2 ਮਹੀਨੇ ਬਾਅਦ ਭੁੱਲ ਜਾਓਗੇ ਪਰ ਰੱਬ ਨਹੀਂ ਭੁੱਲਦਾ ਜੇ ਤੁਸੀਂ ਆਪਣੇ ਰੱਬ ਨੂੰ ਸੱਚੇ ਮਨ ਨਾਲ ਯਾਦ ਕਰਦੇ ਜੇ ਨਾ ਉਹ ਨਹੀਂ ਭੁੱਲਦਾ ਸਮਾਂ ਘੁੰਮ ਕੇ ਇਹੋ ਜਾਊਗਾ ਉਹ ਬੰਦੇ ਦੀ ਚੀਕਾਂ ਨਿਕਲਗੀਆਂ ਅਤੇ ਮੇਰੀ ਜ਼ਿੰਦਗੀ 'ਚ ਚੀਜ਼ਾਂ ਬੇਖੂਬੀ ਹੋਈਆਂ ਹੈ ਨਾ ਕਿ ਆਪਾਂ ਸਭ ਕੁਝ ਉਹ ਰੱਬ ਦੇ ਛੱਡਿਆ ਸੀ ਅਤੇ ਤੁਸੀਂ ਵੇਖਿਆ ਹੀ ਹੋਊਗਾ ਇਹ ਚੀਜ਼ਾਂ ਜਿਹੜਾ ਬੰਦਾ ਮਾੜੀ ਕਰਦਾ ਉਹ ਭਰੂਗਾ ਤੁਸੀਂ ਸਹੀ ਹੋਣੀ ਚਾਹੀਦੇ ਜੇ ਅਤੇ ਤੁਹਾਨੂੰ ਤੁਹਾਡੇ ਮਾਲਕ 'ਤੇ ਯਕੀਨ ਹੋਣਾ ਚਾਹੀਦਾ ਸੋ ਉੱਠਿਆ ਕਰੋ ਸਵੇਰੇ ਗੁਰੂ ਮਾਂ ਦੇ ਘਰ ਜਾਇਆ ਕਰੋ ਕਿਉਂਕਿ ਉਹਦੇ ਬਿਨਾਂ ਕੁਝ ਨਹੀਂ ਆ ਇੱਥੋਂ ਤੁਸੀਂ ਕੁਝ ਨਹੀਂ ਲੈ ਕੇ ਜਾਣਾ ਜਿੰਨੀਆਂ ਮਰਜ਼ੀ ਗੱਡੀਆਂ ਕਾਰਾਂ ਕੋਠੀਆਂ ਆਪਾਂ ਬਣਾਈ ਦੇ ਜਾਣ ਦੇ ਨਾ ਇਹ ਭਰਮ ਭੁਲੇਖੇ ਆਪਣੇ ਸਭ ਕੁਝ ਇੱਥੇ ਰਹਿ ਜਾਣਾ ਵਾ ਠੀਕ ਆ ਇੱਕ ਬਣੀਆਂ ਰੀਤ ਬਣੀ ਆਪਾਂ ਕਹਿ ਲਈਏ ਕਿ ਛੋਟੇ ਹੁੰਦੇ ਲੱਗੇ ਆਪਾਂ ਨੂੰ ਵੱਡੇ ਹੁੰਦੇ ਤੱਕ ਸਿਖਾਇਆ ਜਾਂਦਾ ਵਾ ਕਿ ਕੰਮ ਕਰਨਾ ਪੈਸਾ ਕਮਾਉਣਾ ਵਾ ਜੇ ਵੋ ਫਲਾਣ ਢੀਂਗ ਹੈ ਨਾ ਉੱਦਾਂ ਚੱਲਦਾ ਆਉਣ ਡਿਆ ਸਾਰਾ ਕੁਛ ਪਰ ਆਪਣੇ ਲਈ ਬੰਦਾ ਜੀਂਦਾ ਹੀ ਨਹੀਂ ਆ ਆਪਣੇ ਜੀਣਾ ਸ਼ੁਰੂ ਕਰੋ ਆਪਣੀ ਜ਼ਿੰਦਗੀ ਜੀਓ ਆਪਾਂ ਮੇਰੀ 30 ਸਾਲ ਉਮਰ ਹੋ ਗਈ ਆ ਮੈਂ 30 ਸਾਲ 29 ਸਾਲ ਇਹੋ ਚੀਜ਼ ਸੋਚ ਕੇ ਜੀ ਗਿਆ ਯਾਰ ਉਹਨਾਂ ਨਾਰਾਜ਼ ਹੋ ਜੇ ਆਹ ਨਾਰਾਜ਼ ਹੋ ਜੇ ਇੱਦਾਂ ਨਾ ਹੋ ਜੇ ਉੱਦਾਂ ਨਾ ਹੋ ਜੇ ਹੁਣ ਇਹ ਚੀਜ਼ ਸੋਚੀ ਆ ਜਿਹੜਾ ਨਾਰਾਜ਼ ਹੁੰਦਾ ਹੋਵੇ ਆਪਾਂ ਖੁਸ਼ ਚਾਹੀਦੇ ਆਪਾਂ ਫਿਰ ਦਿਲ ਨਹੀਂ ਦਿਖਾਉਣਾ ਜਿਹੜਾ ਬੰਦਾ ਨਾਰਾਜ਼ ਹੁੰਦਾ ਉਹਨੂੰ ਕਿ ਠੀਕ ਹੈ ਵੀਰ ਨਾਰਾਜ਼ ਕੋਈ ਗੱਲ ਨਹੀਂ ਆ ਹੈ ਨਾ ਆਪਣੇ ਆਪ ਨੂੰ ਖੁਸ਼ ਰੱਖੋ ਅਤੇ ਗੁਰੂ ਮਾਂ ਦੇ ਘਰ ਜਾਇਆ ਕਰੋ ਉਹਨੇ ਆਪਣੇ ਆਪ ਤੁਹਾਡੇ ਰਾਹ ਜ਼ਿੰਦਗੀ ਦੇ ਵਧੀਆ ਖੋਲ੍ਹ ਦੇਣੇ ਆ ਜੇ ਤੁਸੀਂ ਸੱਚੇ ਮੰਨਣਾ ਜਾਂਦੇ ਜਿਹੜੀ ਜੇ ਕਰਮਾਂ ਲਿਖੀਆਂ ਹੋਣੀ ਨਾ ਹੋਣਗੀਆਂ ਉਹ ਵੀ ਦੇ ਦੂਗਾ ਮਾਲਕ ਸੋ ਆ ਜਾਓ ਚੱਲਦੇ ਹਾਂ ਫਿਰ ਗੁਰਦੁਆਰਾ ਸਾਹਿਬ ਲੈ ਵੀ ਮਿੱਤਰਾ ਗੁਰੂ ਮਾਂ ਦੇ ਦਰਸ਼ਨ ਵੇਲੇ ਕਰ ਲਈਏ ਆਪਾਂ ਰਾਣੀ ਦੀ ਟੈਂਕੀ ਫੁੱਲ ਕਰਾਈਏ ਹੁਣ
ਤੇਰੇ ਕੋਲ ਖਾਈਏ ਪੀਏ ਭੁੱਖ ਲੱਗ ਗਈ ਯਾਰ ਭੁੱਖ ਲੱਗ ਗਈ ਭੁੱਖ ਉਹ ਤੋਂ ਬਾਅਦ ਫਿਰ ਚੱਲਦੇ ਹਾਂ ਜਿਮ ਨੂੰ ਕਾੜੀ ਕੂੜੀ ਕਰਕੇ ਆਉਂਦੇ ਹਾਂ ਐਵੇਂ ਦੇ ਕੁਝ ਖੁੱਲ੍ਹਾ ਨਹੀਂ ਮਿਲਦਾ ਖਾਣ ਪੀਣ ਵਾਲਾ ਯਾਰ ਡਾਇਟ ਵਾਲੀ ਖਾ ਸਕੇ ਚੀਜ਼ ਨਾ 8 ਵਜੇ ਚਾਹ ਮਿਲ ਜੂਗੀ ਸੈਂਡਵਿਚ ਮਿਲ ਜੂਗਾ ਜੂਸ ਪੀਣ ਨੂੰ ਮਿਲ ਜੂਗਾ ਜੂਸ ਪੀਣ ਵਾਸਤੇ ਉਹ ਜਾਣਾ ਪੈਣਾ ਸੱਤ ਫੇਸ ਦੇ ਵਿੱਚ ਉਹ ਦੁਕਾਨਾਂ ਖੁੱਲ੍ਹੀਆਂ ਹੁੰਦੀਆਂ ਇਹ ਵੇਲੇ ਇੱਧਰੋਂ ਕੁਝ ਨਹੀਂ ਮਿਲਦਾ ਇੱਧਰੋਂ ਬਸ ਚਾਹ ਮਿਲਣੀ ਹੈ ਆਪਣੇ ਏਰੀਏ 'ਚ ਚੱਲ ਵੀ ਮੈਂ ਤੇਰਾ ਤੇਰੀ ਟੈਂਕੀ ਫੁੱਲ ਕਰਾਈਏ 8:10 ਹੋ ਗਏ ਆ ਇਹ ਹਜੇ ਲੋ ਹਰਮਨ ਹੋਣਾ ਕੋਈ ਮੈਨੂੰ ਫੋਨ ਮੈਸੇਜ ਨਹੀਂ ਆ ਗਿਆ ਬਾਈ 8 ਪਏ ਆ ਪਹਿਲਾਂ ਵਾਸ਼ ਚੈੱਕ ਕਰਾਈਏ ਫਿਰ ਤੇਲ ਪਾਉਣੇ ਤੇ ਚਲਾਣੀਏ ਲੋ ਪ੍ਰੋਫਾਈਲ ਕਰਕੇ ਹਵਾ ਵੀ ਨਾ ਦੂਜੇ ਚੌਥੇ ਨੂੰ ਚੈੱਕ ਕਰਾਉਣੀ ਪੈਂਦੀ ਯਾਰ ਇਹ ਬੜਾ ਚੱਕਰ ਪੈਂਦਾ ਲੈ ਵੀ ਮੈਂ ਤੇਰਾ ਟੈਂਕੀ ਕਰਾਤੀ ਉਹ ਫੁੱਲ ਰਾਣੀ ਦੀ ਅੱਜ ਪਰ ਘੱਟ ਪੈ ਜਾਂਦੀ ਥੋੜ੍ਹਾ ਤੇਲ ਪਹਿਲਾਂ ਹੈਗਾ ਇਹ ਵਿੱਚ ਥੋੜ੍ਹੇ ਪੈਸੇ ਲੱਗੇ ਆਪਣੇ ਅੱਜ ਹੈ ਵੇਖੋ ਕਿੰਨੇ ਦਿਨ ਕੱਢਦੀ ਹੁਣ ਇਹ ਆਉਂਦੀ ਮੇਰੇ ਮੈਂ ਰਿਕਾਰਡ ਕਰ ਲੈਂਦਾ ਨਾ ਅੱਜ ਵੀ ਉਹ ਚੀਜ਼ ਕਰਨ ਲੱਗਾ ਮੈਂ ਜੂਸ ਵਾਲੀ ਦੁਕਾਨ ਦੇਖ ਲਓ ਤਾਂ ਉੱਥੇ ਨਾ ਦੁਕਾਨਾਂ ਜੂਸ ਵਾਲੀਆਂ ਬੜੀਆਂ ਫੇਮਸ ਆ ਮੋਟਰ ਮਾਰਕੀਟ ਮਾਲੀ ਪਤਾ ਕਰ ਲਿਓ ਜਿਹੜੇ ਵੀਰ ਦੂਰ ਦਾਰ ਦੇ ਰਹਿੰਦੇ ਆ ਉੱਥੇ ਮੈਂ ਕੀ ਵੇਖਿਆ ਦੋ ਕੁੜੀਆਂ ਦੋ ਮੁੰਡੇ ਸਿਗਰਟਾਂ ਪੀਂਦੇ ਅਤੇ ਚਲੋ ਉਹਨਾਂ ਦੀ ਜ਼ਿੰਦਗੀ ਜੋ ਮਰਜ਼ੀ ਕਰਨਾ ਹਰ ਇੱਕ ਬੰਦੇ ਨੂੰ ਹੱਕ ਹੈ ਆਪਣੀ ਜ਼ਿੰਦਗੀ ਜੀਣ ਦਾ ਪਰ ਉਹਲਾ ਵੀ ਹੁੰਦਾ ਕਿਸੇ ਚੀਜ਼ਾਂ ਦਾ ਹੈ ਨਾ ਪੜਦਾ ਵੀ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਨਾ ਅਤੇ ਕੁੜੀਆਂ ਇੰਨੀਆਂ ਸੋਹਣੀਆਂ ਉਹ ਕਿ ਜੇ ਮੇਰੇ ਸਰਕਲ ਦੇ ਚਾਹੀਂ ਜਿੰਨੇ ਬੰਦੇ ਮੰਨ ਲਾ ਮੇਰੇ ਯਾਰ ਦੋਸਤ ਆ ਸਾਨੂੰ ਜੇ ਕਿਸੇ ਨੂੰ ਉਹੋ ਜਿਹੀ ਕੁੜੀ ਦਾ ਰਿਸ਼ਤਾ ਹੋਵੇ ਨਾ ਮੰਨ ਲਾ ਕਹੇ ਕਿ ਇਹ ਕੁੜੀ ਦਾ ਤੇਰਾ ਵਿਆਹ ਕਰਨਾ ਵਾ ਤੇ ਭੱਜ ਕੇ ਹਾਂ ਕਰਨਗੇ ਮੇਰੇ ਹਿਸਾਬ ਨਾਲ ਇੰਨੀਆਂ ਸੋਹਣੀਆਂ ਸੀ ਉਹ ਅਤੇ ਮੇਰੇ ਹਿਸਾਬ ਨਾਲ 10 ਮਿੰਟ ਮੈਨੂੰ 10 ਮਿੰਟਾਂ 'ਚ ਇੱਕ ਜਾਣੀ ਨੇ 3-3, 4-4 ਸੀਟਾਂ ਫੂਕਤੀਆਂ ਸੀ ਅਤੇ ਅੰਦਰ ਕੀ ਹੋਊ ਉਹਨਾਂ ਦੇ ਆਪੇ ਸੋਚੋ ਅੰਦਰ ਖੋਖਲਾ ਹੋ ਗਿਆ ਹੋਣਾ ਮੇਰੇ ਹਿਸਾਬ ਨਾਲ ਜਿਹੜੇ ਮੇਰੇ ਭਰਾ ਜਾਂ ਮੇਰੀਆਂ ਭੈਣਾਂ ਨਸ਼ਾ ਕਰਦੀਆਂ ਵਾ ਮੈਨੂੰ ਵੇਂਦੇ ਤੁਸੀਂ ਹੈ ਨਾ ਇਸ ਚੀਜ਼ ਤੋਂ ਦੂਰ ਹੋ ਜਾਓ ਨਸ਼ਾ ਕਰਨਾ ਨਾ ਆਪਣੀ ਜ਼ਿੰਦਗੀ ਨੂੰ ਜੀਣ ਦਾ ਨਸ਼ਾ ਕਰੋ ਜ਼ਿੰਦਗੀ ਸੋਹਣੀ ਕਿੱਦਾਂ ਜੀਣੀ ਆ ਹੈ ਨਾ ਕਿ ਸੋਹਣੇ ਕੱਪੜੇ ਕਿੱਦਾਂ ਪਾਉਣੇ ਆ ਆਪਣੇ ਆਪ ਨੂੰ ਸਵਾਰੋ ਯਾਰ ਮਤਲਬ ਕਿ ਆਪਣੇ ਆਪ ਨੂੰ ਇਹੋ ਚੀਜ਼ਾਂ ਡੁਬੋ ਕੇ ਨਾ ਰੱਖੋ ਹੈ ਨਾ ਉੱਥੇ ਮਤਲਬ ਕੋਈ ਸਿਆਣੇ ਬਿਆਣੇ ਬੰਦਾ ਕੋਈ ਲੰਘਦਾ ਅਗਲੇ ਨੇ ਕਿਰਾਇਤ ਕਰਕੇ ਸਾਈਡ ਤੋਂ ਮੂੰਹ ਘੁਮਾ ਕੇ ਲੰਘਣਾ ਜਿੱਦਾਂ ਮੈਂ ਮੰਨ ਅੰਦਰ ਉਹਨਾਂ ਨੂੰ ਸੋਚਣਾ ਕਿ ਕਿਹੋ ਜਿਹੇ ਫੁੱਦੂ ਕੰਮ ਕਰਨ ਦੇ ਇੰਨੇ ਸੋਹਣੇ ਸੁਨੱਖੇ ਹੋ ਗਏ ਹੈ ਨਾ ਜੇ ਉਹ ਪਰਦਾ ਕਰਕੇ ਕਰਦੇ ਸ਼ਾਇਦ ਚਲੋ ਵੱਖਰੀ ਗੱਲ ਸੀ ਉਦੋਂ ਬਾਕੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਪਰ ਜਿਹੜੇ ਭਰਾ ਮੈਨੂੰ ਵੇਹਦੇ ਆ ਜਿਹੜੇ ਮੈਨੂੰ ਵੇਹਦੇ ਆ ਹੈ ਨਾ ਮੈਨੂੰ ਵੇਹਦੇ ਮੇਰੀ ਇਹੋ ਕੋਸ਼ਿਸ਼ ਆ ਕਿ ਤੁਸੀਂ ਇਹੋ ਜਿਹੀ ਚੀਜ਼ਾਂ ਤੋਂ ਦੂਰ ਰਹਿਣਾ ਵਾ ਠੀਕ ਹੈ ਜ਼ਿੰਦਗੀ ਦਾ ਸਭ ਤੋਂ ਫੁੱਦੂ ਕੰਮ ਹੈ ਨਸ਼ਾ ਅਤੇ ਨਸ਼ਾ ਕਰਕੇ ਬੰਦਾ ਕੋਈ ਆਪਣਾ ਕੰਮ ਨਹੀਂ ਕਰ ਸਕਦਾ ਨਸ਼ੇ ਵਾਲਾ ਬੰਦਾ ਕਦੇ ਜ਼ਿੰਦਗੀ ਕਾਮਯਾਬ ਨਹੀਂ ਹੋ ਸਕਦਾ ਜੇ ਕਾਮਯਾਬ ਹੋ ਵੀ ਗਿਆ ਕੁਛ ਟਾਈਮ ਲਈ ਹੋਊਗਾ ਫਿਰ ਭਾਂਡੇ 'ਚ ਵੜ ਜਾਊਗਾ ਸੋ ਮੇਰੀ ਜਾਨ ਨਸ਼ੇ ਤੋਂ ਦੂਰ ਰਹਿਣਾ ਵਾ ਹੈ ਨਾ ਆਨੰਦ ਲੈਣੇ ਆਨੰਦ ਹੋਰ ਤਰੀਕਿਆਂ ਨਾਲ ਬੜੇ ਲੈ ਜਾਂਦੇ ਨਸ਼ੇ ਨਸ਼ੇ ਨਾਲ ਥੋੜ੍ਹੀ ਜ਼ਿੰਦਗੀ ਨਜ਼ਾਰੇ ਆਉਂਦੇ ਆ ਨਜ਼ਾਰੇ ਇੱਦਾਂ ਆਉਂਦੇ ਆ ਇੱਧਰ ਮੈਂ ਸਵੇਰੇ ਉੱਠਿਆ ਮਜ਼ਾ ਤੁਰਿਆ ਤਾਂ ਫਿਰਨ ਡਿਆ ਨਾ ਮੈਨੂੰ ਇਹ ਚੀਜ਼ ਦੀ ਤੋੜ ਤਾਂ ਨਹੀਂ ਨਾ ਹੈਗੀ ਕਿ ਮੈਂ ਹੁਣ ਮੇਰਾ ਨਸ਼ਾ ਪਤਾ ਮੁੱਕ ਗਿਆ ਅਤੇ ਮੈਂ ਨਸ਼ਾ ਪਤਾ ਲੱਭਣ ਜਾਣਾ ਹੈ ਨਾ ਟੈਨਸ਼ਨਾਂ ਹੀ ਹੁੰਦੀਆਂ ਫਰੀ ਦੀਆਂ ਦੂਰ ਰਹਿ ਕਰੋ ਇਹੋ ਜਿਹੀ ਚੀਜ਼ਾਂ ਤੋਂ ਇਹੋ ਜਿਹੇ ਬੰਦਿਆਂ ਤੋਂ ਜਿਹੜੇ ਬੰਦੇ ਇਹੋ ਜਿਹੇ ਕੰਮ ਕਰਦੇ ਆ ਨਾ ਉਹਨਾਂ ਲਾਗੇ ਵੀ ਨਹੀਂ ਬਹਿਣਾ ਟੁੱਟਦੇ ਆ ਟੁੱਟਣ ਦੋ ਰੁੱਸਦੇ ਆ ਰੁੱਸਣ ਦੋ ਠੀਕ ਆ ਮਾੜੇ ਲੋਕਾਂ 'ਚ ਖੜੋਗੇ ਮਾੜੇ ਹੀ ਵੱਜੋਗੇ ਚੰਗੀ ਸੰਗਤ ਚੰਗੇ ਲੋਕਾਂ 'ਚ ਰਹੋਗੇ ਚੰਗੇ ਹੀ ਵੱਜੋਗੇ ਹੈ ਨਾ ਜੇ ਚਿੱਕੜ ਦੇ ਲਾਗੇ ਖਲੋਤੀ ਹੈ ਤਾਂ ਚਿੱਕੜ ਨੇ ਲਾਗੂ ਉਹੋ ਜਿਹੀ ਤੁਸੀਂ ਲੱਗਣਾ ਉਹਦੇ ਲੱਗ ਰੂੜੀ ਦੇ ਲਾਗੇ ਖਲੋ ਜਾਓ ਰੂੜੀ ਦਾ ਖਲੋਗੇ ਮੰਨ ਲਓ ਉਹ ਉੱਥੇ ਤੁਸੀਂ ਫੋਟੋ ਖਿੱਚੋਗੇ ਕਿੱਦਾਂ ਲੱਗੋਗੇ ਉਹ ਤੁਸੀਂ ਕਿਸੇ ਚੰਗੀ ਲੋਕੇਸ਼ਨ 'ਤੇ ਫੋਟੋ ਖਿੱਚੋਗੇ ਸੋਹਣੇ ਲੱਗੋਗੇ ਨਾ ਤਾਂ ਕਰਕੇ ਮੇਰਾ ਭਰਾ ਇਹੋ ਚੀਜ਼ਾਂ ਤੋਂ ਦੂਰ ਰਹੋ ਬਚੋ ਮਾੜੇ ਕੰਮਾਂ ਤੋਂ ਨਸ਼ੇ ਨੁਸ਼ਿਆਂ ਤੋਂ ਦੂਰ ਰਹੋ ਮੇਰਾ ਭਰਾ ਜਿਹੜੇ ਭਰਾ ਮੈਨੂੰ ਵੇਖਦੇ ਮੇਰੀ ਇਹੋ ਕੋਸ਼ਿਸ਼ ਆ ਕਿਉਂਕਿ ਮੈਂ ਖੁਦ ਜਿੱਦਾਂ ਦਾ ਮੈਂ ਉੱਦਾਂ ਦਾ ਚਾਹੁੰਦਾ ਕਿ ਮੈਨੂੰ ਜਿਹੜੇ ਵੇਖਣ ਵਾਲੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਵੀ ਉਹ ਇਸ ਚੀਜ਼ ਤੋਂ ਦੂਰ ਹੋਵੇ ਮੇਰੀ ਜਾਨ ਮੈਂ ਵੀ ਮਿੱਤਰਾ ਵਰਕਆਊਟ ਲਾ ਲਿਆ ਸਵੇਰ ਦਾ ਯਾਰ ਹੁਣ ਰਹੇ ਵੇ ਹੁੰਦਾ ਲੇ ਪਿੱਛੇ ਪਿੱਛੇ ਸਿੱਧਾ ਦੇਖਣਾ ਪੁੱਤ ਆਸੇ ਪਾਸੇ ਨਹੀਂ ਵੇਖਣਾ ਮਿੱਤਰ ਵਰਕਆਊਟ ਕਰ ਲਿਆ ਯਾਰ ਹੁਣ ਨਹੀਂ ਵਰਕਆਊਟ ਦਾ ਤੇ ਬਹਾਨਾ ਹੀ ਕਾਰਡੀਓ ਕਰਨਾ ਹੈ ਮੁੰਡੇ ਕਾਰਡੀਓ ਦੇ ਕਰਦੇ ਇਹ ਕਾਰਡੀਓ ਸੈਸ਼ਨ ਤੇ ਵੇਖਣੀ ਆਏ ਹੀ ਐਕਸਰਸਾਈਜ਼ ਲਾਵਾਂ ਸ਼ੇਮਾ ਨੂੰ ਹੈ ਤੇ ਹੁਣ ਕਰ ਲਿਆ ਯਾਰ ਵੀ ਸ਼ੋਪਿੰਗ ਨਾਲ ਕਰਾਉਣਗੇ ਵਾਲ ਨਾਲ ਕਰਾਉਣਗੇ ਮਸਾਜ ਸਿਰ ਦੀ ਮੈਂ ਮੇਰੀ ਯਾਰ ਵਰਕਆਊਟ ਆਪਾਂ ਲਾ ਲਿਆ ਜੇ ਵਰਕਆਊਟ ਚੰਡੀਗੜ੍ਹ ਡਾਰਲਿੰਗ ਇੱਥੇ ਸਰੀਰ ਇੰਨੀ ਛੇਤੀ ਫਿੱਟ ਹੁੰਦਾ ਨਾ
ਇੱਥੇ ਫਿੱਟ ਹੋਣ ਦੇ ਕਾਰਨ ਕੀ ਹੈ ਕਿ ਇੱਥੇ ਇੱਦਾਂ ਉੱਥੇ ਘਰ ਦੇ ਕੰਮ ਕਰਦੇ ਰਹੀਦਾ ਵਾ ਜਾਂ ਉੱਥੇ ਖਾਣ ਪੀਣ ਦਾ ਧਿਆਨ ਰੱਖਿਆ ਦਾ ਹੁੰਦਾ ਕਿ ਪਹਿਲਾਂ ਆਹ ਕੰਮ ਕਰ ਆਈਏ ਫਿਰ ਆ ਕੇ ਖਾ ਪੀ ਲਵਾਂਗੇ ਇੱਥੇ ਹੁਣ ਸਵੇਰੇ ਉੱਠੇ ਹਾਂ ਗੁਰੂ ਮਹਾਰਾਜ ਦਰਸ਼ਨ ਮਿਲੇ ਕੀਤੇ ਆ ਅਤੇ ਬਸ ਜਿੰਮ ਆ ਗਏ ਹਾਂ ਹੁਣ ਜਿੰਮ ਤੋਂ ਜਾ ਕੇ ਫਿਰ ਖਾ ਪੀ ਕੇ ਨਹਾ ਕੇ ਫਿਰ ਨਿਕਲ ਜਾਣਾ ਕਿਸੇ ਨਾ ਕਿਸੇ ਪਾਸੇ ਫਿਰ ਸਾਰਾ ਦਿਨ ਕੈਫੇ ਤੋਂ ਕਿਤੇ ਨਾ ਕਿਤੇ ਡਾਇਟ ਖਾਂਦੇ ਰਹਿਣਾ ਹੈ ਨਾ ਕੁਛ ਨਾ ਕੁਛ ਖਾਂਦੇ ਰਹਿਣਾ ਇੱਥੇ ਇੱਥੇ ਸਰੀਰ ਬੜੀ ਛੇਤੀ ਤਗੜਾ ਹੁੰਦਾ ਅਤੇ ਫਿੱਟ ਵੀ ਬੜੀ ਛੇਤੀ ਹੁੰਦਾ ਇੱਥੇ ਆ ਕਿ ਦੋ ਟਾਈਮ ਵਰਕਆਊਟ ਲੱਗਣਾ ਹੈ ਨਾ ਸਵੇਰੇ ਕਾਰਡੀਓ ਹੋ ਜਾਣੀ ਆ ਅਤੇ ਸ਼ਾਮ ਨੂੰ ਵੇਟ ਟ੍ਰੇਨਿੰਗ ਕਰ ਲੈਣੀ ਹੈ ਨਾ ਉਸ ਚੀਜ਼ ਦਾ ਬੜਾ ਫਰਕ ਪੈਂਦਾ ਕਿੱਥੇ ਆਪਾਂ ਸ਼ਾਮ ਨੂੰ ਦੋਵੇਂ ਜਾਂ ਇਕੱਠੀਆਂ ਕਰਨੀਆਂ ਇਕੱਠੀਆਂ ਹੁੰਦੀਆਂ ਹੀ ਨਹੀਂ ਆ ਸ਼ਾਮੀ ਡਬਲ ਮਸਲ ਹੁੰਦਾ ਮੇਰੇ ਮਤਲਬ ਜੋ ਵਰਕਆਊਟ ਮੈਂ ਕਰਨ ਡਿਆ ਜਾਣ ਮੇਰੀ ਮੈਂ ਸ਼ਾਮੀ ਡਬਲ ਮਸਲ ਲਾਉਣਾ ਅਤੇ ਉਹ ਤੋਂ ਬਾਅਦ ਤੁਸੀਂ ਲਾ ਲਓ ਸਾਹਿਬ ਕਿ ਸਾਈਕਲ ਚਲਾਉਂਦੀ ਬਾਹਰ ਨਹੀਂ ਪੇਟ ਬੰਦਾ ਕਿੱਥੋਂ ਲੜੂਗਾ ਇਹ ਲਾਵਰ ਹੋ ਜਾਂਦੀ ਚੱਲ ਕੱਲ੍ਹ ਨੂੰ ਲੜਾਂਗੇ ਚੱਲ ਕੱਲ੍ਹ ਨੂੰ ਲੜਾਂ ਉਹ ਕੱਲ੍ਹ ਕੱਲ੍ਹ ਕਰਦੇ ਆ ਸਰੀਰ ਦੀ ਡੰਡ ਲੱਗ ਜਾਂਦੀ ਆ ਚੱਲ ਵੇ ਭਾਈ ਅਤੇ ਹੁਣ ਪਿੰਡ ਜਦੋਂ 4-5 ਮਹੀਨੇ ਇੰਨੀ ਰੋਟੀ ਦੇਸੀ ਘਿਓ ਦੇ ਬਿਸਕੁਟ ਉਹ ਚੀਜ਼ਾਂ ਯਾਰ ਕਿਤੇ ਨਾ ਕਿਤੇ ਤੰਗ ਕਰਦੀਆਂ ਮੈਂ ਤਾਂ ਇੱਕ ਸਾਡਾ ਫਿਰ ਜੀਰੋ ਤੋਂ ਸ਼ੁਰੂ ਕੀਤਾ ਜਦੋਂ ਹੁਣ ਦੁਬਾਰਾ ਜਦੋਂ ਵਰਕਆਊਟ ਸ਼ੁਰੂ ਕੀਤਾ ਨਾ 4-5 ਮਹੀਨੇ ਖਰਾਬ ਕੀਤੇ ਫਿਰ ਮਹੀਨਾ ਮਤਲਬ ਕਿ ਮਨ ਪੱਕਾ ਕਰ ਲਿਆ ਲੱਗ ਗਿਆ ਲਾ ਲਓ ਸਾਹਿਬ ਹੁਣ ਬਾਬੇ ਕਿਰਪਾ ਨਾਲ ਥੋੜ੍ਹਾ ਜਿਹਾ ਸਰੀਰ ਸੈੱਟ ਹੋਣ ਲੱਗਾ ਆ ਅਤੇ ਸੋ ਮੇਰੇ ਭਰਾ ਤੁਸੀਂ ਵੀ ਖਿੱਚ ਕੇ ਰੱਖੋ ਜਿੰਮ ਵਾਲਾ ਕੰਮ ਜਿਹੜੇ ਭਰਾ ਵੀ ਕੱਲ੍ਹ ਵੀ ਕਮੈਂਟ ਕਰਨ ਦੇ ਕਹਿੰਦੇ ਜਾਣ ਮੇਰੀ ਤੇਰੇ ਕਰਕੇ ਜਿੰਮ ਦੀ ਫੀਸ ਭਰ ਲਈ ਆ ਜਾਣ ਮੇਰੇ ਕਰਕੇ ਭਰੀ ਆ ਜਿੰਮ ਲਾਓ ਸਰੀਰ ਢਾਡਾ ਹੀ ਬਣਨਾ ਇਹ 'ਚ ਮੇਰਾ ਕੋਈ ਫਾਇਦਾ ਨਹੀਂ ਹੋਣਾ ਢਾਡਾ ਹੀ ਫਾਇਦਾ ਹੋਣਾ ਵਾ ਹੈ ਨਾ ਆਪਣੇ ਲਈ ਜੀਣਾ ਸ਼ੁਰੂ ਕਰੋ ਆਪਣੇ ਲਈ ਕਰੋ ਓਕੇ ਰਿਪੋਰਟ ਹੋ ਜਾਣਾ ਲੈ ਵੀ ਮਿੱਤਰਾ ਜਿੰਮ ਜੁੰਮ ਲਾ ਕੇ ਯਾਰ ਹੁਣੀ ਆ ਗਏ ਅਤੇ ਮੈਂ ਕਮੈਂਟ ਪੜ੍ਹਨ ਦਿਆ ਸੀ ਹੁਣ ਜਾਂਦਾ ਜਾਂਦਾ ਮੈਂ ਗੱਡੀ ਦਵਾਉਣ ਜਾਣਾ ਸੀ ਅਤੇ ਮੈਨੂੰ ਇੱਕ ਬਾਈ ਦਾ ਕਮੈਂਟ ਪੜਿਆ ਕਹਿੰਦਾ ਬਾਈ ਜਿੰਮ ਦੀ ਫੀਸ ਕਿੱਦਾਂ ਮੈਨੇਜ ਕਰਦੇ ਜੇ ਚੰਡੀਗੜ੍ਹ ਵੀ ਅਤੇ ਪਿੰਡ ਵੀ ਜਾਣ ਸੱਚ ਦੱਸਦਾ ਆਪਣਾ ਝੂਠ ਬੋਲਣ ਦੀ ਆਦਤ ਨਹੀਂ ਜਿਹੜਾ ਪਿੰਡ ਵਾਲਾ ਜਿੰਮ ਹੈ ਨਾ ਜਨਾਲੇ ਵਾਲਾ ਉਹ ਵੀਰ ਨੇ ਮੇਰਾ ਬਹੁਤ ਜ਼ਿਆਦਾ ਪਿਆਰ ਅਸੀਂ 4-4 ਬੰਦੇ ਵੀ ਜਾਂਦੇ ਹਾਂ ਨਾ ਉਹ ਬੰਦਾ ਸਾਡੇ ਕੋਲ ਪੈਸਾ ਲੈਂਦਾ ਹੀ ਨਹੀਂ ਅਸੀਂ ਧੱਕੇ ਨਾ ਦੇ ਵੇਖ ਲਈ ਨਹੀਂ ਲੈਂਦਾ ਵੱਡਾ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਉਹ ਵੀਰ ਨਾਲ ਠੀਕ ਹੈ ਉਹ ਸਾਨੂੰ ਫ੍ਰੀ ਲਵਾਉਂਦਾ ਵਾ ਉਹਦੀ ਪਿੱਠ ਸੁਣਦੀ ਬੰਦੇ ਦੀ ਜੋ ਸੱਚ ਆ ਅਤੇ ਚੰਡੀਗੜ੍ਹ ਦੇ ਵਿੱਚ ਮੈਂ 2 ਜਿੰਮਾਂ ਦੀ ਮੈਂਬਰਸ਼ਿਪ ਲਈ ਆ ਸਾਲ ਦੀ ਅਤੇ ਮਹੀਨੇ ਇੱਕ ਦੀ ਨਾਲ ਗੁਰੀਵੀਰ ਦੀ ਸੀ ਅਤੇ ਕਿਉਂਕਿ ਗੁਰੀਵੀਰ ਦੇ ਘਰ ਚੱਲ ਜਾਣਾ ਹੁੰਦਾ ਸਾਲ ਦੀ ਲੈਂਦਾ ਫਾਇਦਾ ਕੋਈ ਨਹੀਂ ਉਹ ਤੇਰਾ ਭਲਾ ਜੀ ਐਕਸੀਡੈਂਟ ਹੋਇਆ ਜੀ ਲੈ ਵੀ ਇੱਧਰ ਮੁੱਚੀਆਂ ਹੋ ਗਈਆਂ ਜੀ ਸਕੋਰਪੀਓ ਦੀਆਂ ਅਤੇ ਇੱਧਰ ਹੈਗੀ ਉਹ ਐਕਸ਼ੂ ਵੀ 700 ਲੱਗਦੀ ਆ ਲੈ ਵੀ ਮਿੱਤਰਾ ਮੈਂ ਕੀ ਰਹਿੰਦਾ ਨਾ ਕਿਸੇ ਵੀ ਚੀਜ਼ ਦਾ ਮਾਣ ਘਰ ਨਹੀਂ ਕਰਨਾ ਚਾਹੀਦਾ ਗੱਡੀਆਂ ਦਾ ਕਾਰਾਂ ਦਾ ਖਾਸ ਕਰਕੇ ਲੋਹੇ ਦਾ ਮਿੰਟ ਦੇ ਵਿੱਚ ਕਾਗਜ਼ ਨੂੰ ਬਣ ਜਾਂਦੀਆਂ ਹੈ ਨਾ ਅਤੇ ਤਾਂ ਹੀ ਮੇਰੇ ਯਾਰ ਦੋਸਤ ਵੀ ਕੀ ਰਹਿ ਮੇਰੇ ਕੋਲ ਮੰਗ ਮੁੰਗੇ ਲੈ ਜਾਂਦੇ ਆਪਾਂ ਕਦੀ ਨਾ ਨਹੀਂ ਕੀਤੀ ਪਰ ਉਹਨਾਂ ਦੀ ਗੱਲ ਹੋਰ ਆ ਹੈ ਨਾ ਕਿ ਨਾ ਕਰਨੀ ਵੀ ਚਾਹੀਦੀ ਆ ਬਾਅਦ 'ਚ ਬੰਦਾ ਜ਼ਿਆਦਾ ਹੀ ਨਾ ਫਿਰ ਰੁੱਸਣ ਡਹਿ ਪੈਂਦੇ ਜੇ ਇੱਕ ਨੂੰ ਦੇ ਦਿੱਤੀ ਦੂਜੇ ਨੂੰ ਨਾ ਦਿੱਤੀ ਤਾਂ ਰੁੱਸਣ ਡਹਿ ਪੈਂਦੇ ਆ ਉਹ ਚਲੋ ਅਲੱਗ ਚੀਜ਼ ਆ ਪਰ ਇਹਨਾਂ ਚੀਜ਼ਾਂ ਕਦੀ ਮਾਣ ਨਹੀਂ ਕਰਨਾ ਕਿ ਮੇਰੇ ਕੋਲ ਗੱਡੀ ਵੱਡੀ ਆ ਮੇਰੇ ਕੋਲ ਆਹ ਗੱਡੀ ਮੇਰੇ ਕੋਲ ਉਹ ਦਿੰਦਾ ਰੱਬ ਆ ਅਤੇ ਰੱਬ ਖੋ ਵੀ ਲੈਂਦਾ ਆ ਦੋਵੇਂ ਨਵੀਆਂ ਗੱਡੀਆਂ ਸੀ ਚਲੋ ਉਹਨਾਂ ਦੇ ਵਿਚਾਰੇ ਦੇ ਕਰਮ ਆ ਹੈ ਨਾ ਜੋ ਉਹਨਾਂ ਦਾ ਐਕਸੀਡੈਂਟ ਹੋਣਾ ਹੈ ਕਰਮਾਂ ਲਿਖਿਆ ਜਾਂ ਕਿ ਇਹਨਾਂ ਬੰਦੇ ਦੀ ਗਲਤੀ ਇਹੋ ਜਿਹੀ ਹੋ ਜਾਂਦੀ ਆ ਹੈ ਨਾ ਕਿ ਆਪਾਂ ਕਾਹਲੀ ਦੇ ਵਿੱਚ ਹੁੰਦੇ ਹਾਂ ਅਤੇ ਕਾਹਲੀ ਦੇ ਵਿੱਚ ਆਪਾਂ ਆਸਾ ਪਾਸਾ ਨਹੀਂ ਵੇਂਦੇ ਜਿੱਦਾਂ ਮੈਂ ਵੀ ਕਿਹਾ ਰੈੱਡ ਲਾਈਟ ਕ੍ਰੋਸ ਕਰ ਦਿੰਦਾ ਪਰ ਮੈਂ ਇਸ ਚੀਜ਼ ਦਾ ਹੁਣ ਬਹੁਤ ਧਿਆਨ ਰੱਖਦਾ ਤਾਂ ਹੀ ਤੁਹਾਨੂੰ ਸਮਝਾਉਂਦਾ ਕਿ ਆਪਾਂ ਇਸ ਚੀਜ਼ ਦੇ ਤਾਂ ਧਿਆਨ ਰੱਖਣਾ ਹੈ ਨਾ ਹੁਣ ਉਹ ਵਿਚਾਰਾ ਨੁਕਸਾਨ ਹੋ ਗਿਆ ਵਾ ਅਤੇ ਜਿਹਦੇ ਕੋਲ ਹੁਣ ਮੇਰੇ ਕੋਲ ਚੱਲ ਮਤਲਬ 2 ਗੱਡੀਆਂ ਵਾ ਕਿ ਬਾਈ ਚਾਂਸ ਇੱਕ ਰੱਬ ਨਾ ਕਰੇ ਇੱਕ ਨੂੰ ਨਿੱਕੀ ਹੁੰਦੀ ਆ ਟਾਇਰ ਪਾੜਦਾ ਕੁਛ ਵੀ ਹੁੰਦਾ ਬੰਦਾ ਦੂਜੀ ਚਲਾ ਲੂ ਪਰ ਜਿਹਦੇ ਕੋਲ ਬੰਦੇ ਕੋਲ ਗੱਡੀ ਇੱਕ ਇੱਦਾਂ ਵੱਜੇ ਉਹਦਾ ਸਾਰਾ ਕੰਮ ਖਲੋ ਗਿਆ ਨਾ ਵਿਚਾਰੇ ਦਾ ਸੋ ਮੇਰੀ ਜਾਨ ਆਪਾਂ ਇਹਨੂੰ ਕਰਾਈਏ ਵਾਸ਼ ਅਤੇ ਫਿਰ ਦੂਜੀ ਗੱਡੀ ਬਹਿ ਕੇ ਚੱਲਦੇ ਹਰਮਨ ਨੂੰ ਪਿੱਛੇ ਨਾਲ ਹੀ ਲੈਂਦਾ ਮੈਂ ਕਿੱਥੇ ਵੇ ਭਾਈ ਆ ਜਾ ਬਾਬੇ ਮਿੱਤਰ ਗੱਡੀ ਧੋਣੀ ਲਾਤੀ ਆ ਉਹ ਸੱਜਣ ਆਪਣਾ ਹੀ ਉਹ ਗੱਡੀ ਬੜੀ ਜੀ ਚਮਕਾਉਂਦਾ ਜੀ ਤੇਰੇ ਵੇਖ ਸੱਚੀ ਵੇਖੀ ਆਉਂਦਾ ਇਸ ਕੈਮਰਾ ਦਾ ਸੱਚੀ ਕਈ ਕਈ ਬੰਦੇ ਨੂੰ ਬਖਸ਼ੀ ਹੁੰਦੀ ਜਿਹੜਾ ਬੜੀ ਰੀਝ ਨਾਲ ਗੱਡੀ ਧੋਂਦੇ ਆ ਇਹ ਬਾਕੀ ਸਬ ਸਟੇਸ਼ਨ ਆਪਣੇ ਭਰਾ ਦਾ ਅਤੇ ਇੱਧਰ ਤਾਂ ਫਿਰ ਤੈਨੂੰ ਪਤਾ ਪੂਰੀ ਰੀਝ ਲਾਉਂਦੇ ਲਾਉਂਦੇ ਆ ਅਤੇ ਸੋ ਮਿੱਤਰੋ ਟਾਈਮ ਹੋ ਗਿਆ ਜੀ 11:10 ਰਹਿ ਗਏ ਚਲੀਏ ਕੈਫੇ ਖਾਈਏ ਪੀਏ ਅਤੇ ਜਾ ਕੇ ਨਹਾਈਏ ਧੋਈਏ ਤਿਆਰ ਹੋ ਕੇ ਵਾਲ ਕਟਾਈਏ ਅਤੇ ਕਾਹਨੂੰ ਗੱਲਾਂ ਕਰਾਈਏ ਫਿਰ ਸ਼ੋਪਿੰਗ ਕਰਕੇ ਆਵਾਂਗੇ ਥੋੜ੍ਹੀ ਜੀ ਨਿੱਕੀ ਮੋਟੀ ਇੱਕ ਚੀਜ਼ ਵੇਖ ਲਾਂਗੇ ਲੈ ਵੀ ਮਿੱਤਰ ਕਮੈਂਟ ਪੜ੍ਹ ਕੇ ਚਿੱਤ ਖੁਸ਼ ਹੋ ਜਾਂਦਾ ਜੀ ਵਿੱਚ ਕਮੈਂਟ ਬੜੇ ਆਉਂਦੇ ਜਿਹੜੇ ਨਵੇਂ ਬਲੌਗ ਅਸੀਂ ਪਾਉਂਦੇ ਨਾ ਉਹਨਾਂ ਵਿੱਚ ਵੀਰ ਜੀ ਤੁਹਾਡਾ ਬਲੌਗ ਵੇਖ ਕੇ ਬੜਾ ਦਿਲ ਖੁਸ਼ ਹੁੰਦਾ ਜਾਣ ਮੇਰੀ ਇਹ ਮੇਰਾ ਇਹੋ ਜਿਹੇ ਕਮੈਂਟ ਪੜ੍ਹ ਕੇ ਜਦੋਂ ਮੇਰਾ ਚਿੱਤ ਖੁਸ਼ ਹੁੰਦਾ ਤਾਂ ਮੈਂ ਤੁਹਾਨੂੰ ਕੀ ਦੱਸਾਂ ਕਾਹਨੂੰ ਗੱਲਾਂ ਹੀ ਹੋ ਜਾਂਦੀਆਂ ਜੀ ਅਤੇ ਬਾਕੀ ਜਾਣ ਮੇਰੀ ਇਹ ਆਪਣੇ ਬਲੌਗ ਦੇ ਵਿੱਚ ਆਪਾਂ ਝੂਠ ਨਹੀਂ ਬੋਲੇ ਜਿਹੜੀ ਚੀਜ਼ ਸੱਚ ਆ ਸੱਚ ਬੋਲਦੀ ਉਹਦੇ ਨਾਲ ਹਿੰਮਤ ਰੱਖਦੇ ਹਾਂ ਹੁਣ ਮੈਨੂੰ ਜਿਹੜੇ ਕੋਈ ਸਵਾਲ ਤੁਸੀਂ ਪੁੱਛਦੇ ਮੈਂ ਉਹਦਾ ਸਿੱਧਾ ਜਵਾਬ ਦਿੰਦਾ ਕਿ ਆਹ ਚੀਜ਼ ਇੱਦਾਂ ਹੀ ਆ ਜਾਣ ਮੇਰੀ ਇਹ ਉਹਨਾਂ ਨੇ ਇੱਕ ਬੰਦੇ ਨੇ ਇਹ ਚੀਜ਼ ਸਵਾਲ ਬੜੇ ਚਿਰਦਾ ਲੋਕ ਪੁੱਛਦੇ ਵੀ ਜੀ ਤੇਰਾ ਫਲੈਟ ਆਪਣਾਗੇ ਰੈਂਟ 'ਤੇ ਜਾਣਾ ਸਾਡਾ ਰੈਂਟ 'ਤੇ ਆ ਫਲੈਟ ਤਾਂ ਬਸ ਸੁੱਖ ਰੱਖੇ ਆਪਣਾ ਵੀ ਲਵਾਂਗੇ ਘਰ ਪਾਲਣ ਤੁਹਾਨੂੰ ਇੱਕ ਵਾਰ ਕਿਉਂਕਿ ਫਲੈਟ ਦਾ ਪਤਾ ਮੈਂ ਪਹਿਲਾਂ ਫਲੈਟ ਲੈਣ ਲੱਗਾ ਸੀ ਆਪਣਾ ਤੁਹਾਨੂੰ ਸਹੀ ਗੱਲ ਦੱਸਾਂ ਜਿਹੜੀ ਮੇਰੇ ਦਿਲ ਦੀ ਗੱਲ ਪਤਾ ਕੀ ਸੋਚੀ ਫਿਰ ਮੈਂ ਯਾਰ ਫਲੈਟ ਇੱਥੇ ਲਿਆ ਇੱਥੇ ਕਿਸੇ ਨੇ ਵੇਖਣਾ ਨਹੀਂ ਪਿੰਡ 'ਚ ਕੋਠੀ ਪਾਵਾਂਗੇ ਪਤਾ
ਆਪੇ ਮਾਲਕ ਜੋ ਕਰੂ ਵਧੀਆ ਕਰੂਗਾ ਜ਼ਿੰਦਗੀ 'ਚ। ਹੁਣ ਤੱਕ ਜੋ ਹੋਇਆ ਵਾ ਉਹ ਵੀ ਬਹੁਤ ਵਧੀਆ ਆ, ਅੱਗੇ ਵੀ ਮਾਲਕ ਜੋ ਕਰੂਗਾ ਵਧੀਆ ਕਰੂਗਾ, ਉਹਦੀ ਰਜ਼ਾ 'ਚ ਆਪਾਂ ਰਾਜ਼ੀ ਹਾਂ, ਖੁਸ਼ ਹਾਂ। ਮੈਂ ਵੀ ਮਿੱਤਰਾ ਇਹਨਾਂ ਫਲੈਟਾਂ ਦੀ ਗੱਲ ਕਰਦੇ ਸੀ ਨਾ, ਆਹ ਫਲੈਟ ਬਣਦੇ ਜੀ, ਇਹ 80-80 ਲੱਖ ਦਾ, 70-70 ਲੱਖ ਦਾ ਫਲੈਟ ਆ, ਅਤੇ ਜਿਹਨਾਂ ਦੀ ਮਨਿਆਦਮ ਹੋ ਗਈ ਨਾ ਬੁਲਡੋਜ਼ਰ ਜਿਹਾ ਮਾਲਕ ਉਹ ਤੋੜ ਕੇ ਬੜਾ ਕਰਨੇ, 80-80 ਲੱਖ ਰੁਪਏ 'ਤੇ ਪੈ ਗਿਆ ਨਾ। ਥੱਲੇ ਪੁਰਜੀਆਂ ਕੱਢ ਦੇਣੇ, ਕਹਿੰਦਾ ਭਾਜੀ ਤੁਹਾਡਾ ਥਾਂ ਨੀ, ਤਿੰਨ ਕਮਰੇ ਆਪਣੇ ਹੁੰਦੇ ਆ ਜਾਣ ਮੇਰੀ, ਤਾਂ ਮੈਂ ਫਲੈਟ ਨੀ ਲੈਂਦਾ, ਅਸੀਂ ਇੱਥੇ ਫਲੈਟ ਨੀ, ਅਸੀਂ ਇੱਥੇ ਕੋਠੀਆਂ ਲਾਵਾਂਗੇ, ਕੋਠੀਆਂ ਪਾਵਾਂਗੇ ਕੋਠੀਆਂ ਵਿੱਚ ਜੀ। ਆਓ ਕਬਲੀ ਹਵੇਲੀ ਤੇ ਨਿਕਲੋ ਬਾਹਰ ਭੈਣਦੇ ਯਾਰ, ਆ ਗਏ ਜੀ, ਖੁੱਲਾ ਛੱਡਿਆ ਜੀ, ਇਹ ਤੇਰਾ ਭਲਾ ਜੇ ਹੋਰ ਭਾਈ ਕਿਸੇ ਹੈ, ਆਈ ਲਵ ਯੂ ਬੋ, ਲਵ ਯੂ ਬੜੇ ਦੇ ਯਾਰ ਗੱਲ ਕਰੂਗਾ, ਹੈ ਲਿਫਟ 'ਚ ਐਨ ਨਿਗਾਹ ਜਿਹਾ ਇੰਨਾ, ਮੈਮ ਹਮ ਨਹੀਂ ਜਾਏਂਗੇ, ਅਸੀਂ ਨਹੀਂ ਜਾਏਂਗੇ ਮਿੱਤਰਾ, ਪਹਿਲਾਂ ਕਰਾਂਗੇ ਪੇਟ ਪੂਜਾ ਫਿਰ ਕੰਮ ਦੂਜਾ, ਸਨੀ ਵੇ ਆ ਗਏ ਤੇਰੇ ਕੋਲ, ਪੂਰੇ ਇੰਨੇ ਪੋਣੇ ਘੰਟੇ ਜੇ ਵੇ ਭਾਈ ਵੇ, ਇੱਧਰ ਮੌਲ ਨਹੀਂ, ਇੱਧਰ ਮੌਲ, ਇੱਧਰ ਕਟਿੰਗ ਵਾਲਾ ਜਗਾੜ, ਉੱਧਰ ਖਾਣ ਪੀਣ ਵਾਲਾ ਜਗਾੜ, ਅਤੇ ਇੱਧਰ ਯਾਰਣੀ ਬੈਠੇ ਨੇ, ਇੱਧਰ ਵੀ ਬੈਠੇ ਨੇ, ਲੰਘਦੀਆਂ ਨੇ ਕਿਹੜੇ ਲੰਘਦੀਆਂ ਨੇ ਮਾਣਦਾ ਆ, ਕੀ ਕਹਿਣ ਡਿਆ, ਇੰਨੀਆਂ ਲਾਲੀਆਂ ਭਗਣੇ, ਕੀ ਖਾਧਾ ਹੀ ਖਾਧਾ, ਕੋਈ ਨਹੀਂ ਸਿਰ ਦਾ ਭੁੱਖਾ ਢੇਡਿਆ, ਅਤੇ ਤਾਂ ਕਰਕੇ ਮੈਂ ਕੰਡੀਆਂ ਵਾ, ਜਦੋਂ ਖਾ ਲਿਆ ਇਹ ਰੰਗ ਥੋੜ੍ਹਾ ਢਿੱਲਾ ਮਿੱਠਾ ਪੈ ਜਾਣਾ। ਇੱਥੇ ਆ ਗਏ ਕਹਿੰਦੇ ਕੈਫੇ ਆ ਗਏ, ਮੁਰਗੀ ਮਾਂਜਣ ਲੱਗੇ ਹੁਣ ਵੀਰ, ਆਪਾਂ ਤਾਂ ਨਹੀਂ ਖਾਂਦੇ ਵੀਰ ਜੀ, ਆਪਾਂ ਤਾਂ ਪਨੀਰ ਵਾਲੇ ਹਾਂ ਵੀਰ, ਆਪਾਂ ਤਾਂ ਇਕੱਲਾ ਛੇਕ ਹੀ ਪੀਣਾ ਵਾ, ਗਾਣੇ ਅੰਗਰੇਜ਼ੀ ਸਾਡੇ ਸਿਰ ਤੋਂ ਨਹੀਂ ਜਾਣਦੇ, ਸਿਰ ਪੱਟੀ ਹੁੰਦਾ ਸਾਨੂੰ ਲੱਗਣੇ ਆ, ਸਿਰ ਪੱਟੀ ਹੁੰਦਾ ਗਲਤ ਗੱਲ ਨਾ ਯਾਰ, ਜਿਹੜੇ ਪਿੰਡ ਜਾ ਕੇ ਆਈਟਮਾਂ ਪੇਸ਼ ਹੋਣੀਆਂ ਨਾ, ਸਿਰਫ ਆਪਾਂ ਨੂੰ ਕੱਲ ਦਾ ਕੰਮ ਰਹਿ ਗਿਆ ਪਥੇਰਾ, ਹੈ ਨਾ ਕੱਲ ਅਸੀਂ ਕੱਪੜੇ ਕੁੱਪੜੇ ਥੋੜੇ ਲੈ ਕੇ ਆਉਣੇ ਆ ਕਿਸੇ ਜਗ੍ਹਾ 'ਤੇ ਜਾਣਾ, ਉਹ ਤੋਂ ਬਾਅਦ ਪਰਸੋਂ ਫਿਰ ਰੈਗੂਲਰ ਕੰਮ ਹੈ ਵਲੋਗ 'ਤੇ, ਕੱਲ੍ਹ ਵੀ ਬਣੂਗਾ ਮਰੀਜ਼ ਵਲੋਗ 'ਤੇ, ਕੱਲ੍ਹ ਵੀ ਬਣਾਵਾਂਗੇ, ਇਹ ਵਲੋਗ 'ਤੇ ਇੱਦਾਂ ਹੀ ਹੁੰਦੇ ਰਹਿਣਗੇ, ਫੰਕਸ਼ਨ ਵੀ ਇੱਦਾਂ ਚੱਲਦੇ ਰਹਿਣਗੇ। ਸੋ ਹੁਣ ਕਟਿੰਗ ਕਰਵਾਈਏ, ਸੋਹਣੇ ਨੁਣੇ ਬਣੀਏ, ਉਹ ਤੋਂ ਬਾਅਦ ਫਿਰ ਕੱਪੜੇ 2-4 ਲੈ ਕੇ ਆਵਾਂਗੇ, ਉਹ ਤੋਂ ਬਾਅਦ ਫਿਰ ਸ਼ਾਮ ਨੂੰ ਪਿੰਡ ਕੋਲ ਜਾਏਂਗੇ, ਪਰ ਮੇਰਾ ਪਿੰਡ ਜਾਣ ਨੂੰ ਜੀ ਨਹੀਂ ਕਰਨ ਡਿਆ, 2 ਗੱਡੀ ਕਿਤੇ ਭਜਾਈ ਜਾਵਾਂਗੇ ਯਾਰ, ਗੱਡੀ ਛੱਡ ਕੇ ਵੀ ਜਾਣੀ ਜਿਹੜਾ ਕੋਈ, ਬੜਾ ਯਾਰ ਬੜਾ ਔਖਾ ਯਾਰ। ਚਲੋ ਸਨੀ ਨਿੰਜਾ ਭਾਈ 2.0 ਵੇ, ਹਾਂ ਤੂੰ ਉਹ ਬਣ ਗਿਆ ਮਰਾਠੀ ਆ, ਹੈਂ ਹੀਰ ਨੂੰ ਲੱਕੜ ਨਹੀਂ ਲੁੱਕ, ਤੂੰ ਵੀ ਚੇਂਜ ਕਰ ਲਈ ਤੇ ਇੱਧਰ ਕਰਕੇ ਦੇ ਮੇਰੀ ਵੀ, ਥੋੜ੍ਹਾ ਜਿਹਾ ਜਿਹੜਾ ਲੋਕ ਘੁੰਮ ਘੁੰਮ ਫਿਰ ਕੁੜੀਆਂ ਬਹਿ ਬਹਿ ਲੰਘਣ ਲੱਗ ਹੁੰਦੀ, ਇਹ ਕਿਹੜਾ ਗੱਲਾਂ ਗਿਆ ਮੁੰਡਾ ਲੱਗ ਹੁੰਦੀ ਹੈ, ਇੱਦਾਂ ਤੂੰ ਕਰਕੇ ਦੇ ਮਨਾਂ 'ਚ, ਇਹ ਟੇਂਡ ਨਾ ਕਰਦੀ ਸਾਲਿਆ, ਟੋਫੀਆਂ ਲਾਈ ਤੂੰ, 2 ਰੁਪਏ ਟੋਫੀ ਨਹੀਂ ਖਾਈ ਦੀਆਂ, ਉਹ ਵੀ ਚੋਕੇ ਲੈਣੇ ਦੇਖੋ ਪਹਿਲਾਂ ਟੋਫੀਆਂ, ਅਸੀਂ ਤੁਹਾਡੇ ਕੋ ਖਾਣਾ ਪਸੰਦ ਕਰਦੇ, ਤੁਸੀਂ ਇੱਧਰ ਹੱਥ ਲੈਣ ਦੋ, ਬਸ ਇੱਥੇ ਇੱਥੇ ਰੱਖ ਮੈਡਮ, ਇੱਥੇ ਇੱਥੇ ਨਹੀਂ, ਵੀ ਕਟੋਰਾ ਲੈ ਕੇ ਤੁਹਾਡੇ ਪਿੱਛੇ ਪਿੱਛੇ ਲੈ ਜਾ, ਹਾਂ ਆ ਵੀ ਚੀਜ਼ ਵਧੀਆ ਹੈ, ਕੋਈ ਰੋਕ ਟੋਕ ਨਹੀਂ, ਸਹੀ ਗੱਲ ਹੈ, ਇਹ ਤਾਂ ਨਿੱਕੀ ਨਿੱਕੀ ਕੈਮਰੇ 'ਚ ਕੈਦ ਕਰਨੀ ਅਸੀਂ ਹੁਣ ਆਹ ਵਲੋਗਾਂ ਦੇ ਵਿੱਚ, ਮੈਡਮ ਕਹਿੰਦੀ ਤੁਸੀਂ ਕਿਉਂ ਦੱਸਦਾ ਕਿ ਕਿੱਥੋਂ ਇੰਨੀਆਂ ਕੌਫੀ ਪੀਂਦਾ, ਮੈਂ ਤੁਸੀਂ ਮੇਰੇ ਖਾਤੇ 'ਚ ਪਿਆਉਂਦੇ ਜੇ, ਪਿੱਛੇ ਤੁਸੀਂ ਲਾ ਦੇਣਾ ਲਾਬਾ GST ਦੇ ਵਿੱਚ ਪੈਸੇ ਲਾ ਦੇਣੇ ਦੇ ਉਸ ਨਹੀਂ ਵੇ, ਹੈਨਾ ਮੈਡਮ ਕਹਿੰਦੀ ਕਹਿੰਦੀ ਤੁਹਾਡੇ ਵਿੱਚ ਇੰਨੀ ਵਾਰ ਕੌਫੀ ਪੀ ਜਾਂਦਾ, ਤਾਂ ਮੈਂ ਤਾਂ ਪੀਣੀ ਪੀਣੀ ਬਾਈ, ਕਿਉਂ ਨਾ ਪੀਏ, ਕਰਦੇ ਵਾਸ਼ੀਓ ਵਾਸ਼ੀ ਕੰਮ, ਦੋ ਬੰਦੇ ਦਾ ਮੇਰਾ ਪਿਆਰ ਇੱਥੇ ਤੁਹਾਡੇ ਸਲੂਨ 'ਚ, ਕਿਤਰਾਂ ਦੇ ਮੈਡਮ ਦਾ, ਅਤੇ ਹੋਰ ਜਿਨ੍ਹਾਂ ਨੇ ਮੇਰੀ ਬਣਦੀ ਮਤਲਬ ਕਿ ਹੋਰ ਕਹਿੰਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ, ਮੈਡਮ ਕੋਈ ਬਿੱਲ ਦੇਣਾ ਹੁੰਦਾ ਵਾ, ਤੇਰੇ ਕੋਲ ਵਾਲ ਕਰਾਉਣੇ ਹੁੰਦੇ ਆ, ਬੜੀ ਕੰਪਲੇਂਟ ਆਉਂਦੀ ਸਨੀ ਵੀਰ, ਕਰਦੇ ਹੋ ਕਰੋ ਅੱਜ ਰੰਗ ਵੀ ਕਰਦੇ, ਗੱਡੀ ਡੈਂਟਿੰਗ ਪੈਂਟਿੰਗ ਚੰਗੀ ਤਰ੍ਹਾਂ ਕੀਤੀ ਜਾਵੇ, ਹੈਂ ਕੋਡਿੰਗ ਕਰ ਦਿਓ, ਸਾਰਾ ਮੈਡੀਕਲੀ ਫੋਨ ਬੰਦ ਹੋਣ ਵਾਲਾ ਬਈ, ਵੇ ਆਹ ਸਾਡੀ ਟੀਮ ਜੀ ਨਾ ਸਾਡੀ ਜਿਹੜੀ ਆਹ ਵੱਜਦੀ ਆ, ਇਹ ਮੈਨੂੰ ਗਲਤ ਜੀ ਲੱਗਦੀ ਹੈ ਨਾ, ਇਹੋ ਜਿਹੀ ਟਿਊਨ ਕਿਤੇ ਵੱਜਦੀ ਵੇਖੀ, ਮਸਾਜ ਸੈਂਟਰ ਨਹੀਂ ਦੇਣੇ ਜਾਣੀ ਪਛਾਣੀ ਹੀ ਲੱਗਣ ਡੀ ਮੈਨੂੰ, ਸਨੀ ਵੇ ਸਨੀ ਸਟਾਈਲ ਚੇਂਜ ਕਰਦਾ ਸਨੀ ਨੇ ਤੇਰਾ, ਜੇ ਇੱਦਾਂ ਜੇ ਆਪਣੇ ਸਕੂਲ ਜਾਏਂਗੇ, ਰਹਿ ਤਾਂ ਸਨੀ ਇੱਦਾਂ ਹੀ
ਕਹਿਣ ਲੱਗ ਗਿਆ ਥੋੜੀ ਅੱਖ ਚੁੱਕ ਪਰ ਹੋਰ ਪੁੱਤ ਕੀ ਹੈ ਯਾਰ ਲੱਖੇ ਹੋਣੀ ਆਏ ਆ ਚਾਹ ਪਿਓ ਉਹਨੂੰ ਕਾਫੀ ਲੈ ਗਿਆ ਉਹਨੇ ਮੈਂ ਤੁਸੀਂ ਅਗਲੇ ਫਰਨੀਚਰ ਵੀ ਰੈਂਟ ਕਰ ਦੋ ਤੇਰੇ ਕਰ ਦਿੰਦੇ ਜਿਹੜੇ ਕੋਲੋਂ ਕਰਾਉਣਾ ਹੀ ਆਪਾਂ ਚੱਲ ਕਰਾ ਲੈਂਦੇ ਚੱਲ ਕੱਢਦੇ ਛੇਤੀ ਵੇ ਗੱਡੀ ਸਲੋ ਹੋਣ ਡੀ ਉਹ ਪਾਣੀ ਦੇ ਪੀ ਲੈਂਦੇ ਵੀਰ ਪਾਣੀ ਦੇ ਪੀ ਲੈਂਦੇ ਬਾਹਲਾ ਪੱਤਾ ਚੱਲਣਾ ਸਣੀ ਵੇ ਰੰਗਲਾ ਕੱਟਾ ਕੱਢੀ ਕੱਢਦਾ ਯਾਰ ਥੋੜੇ ਕਮੈਂਟ ਹੋ ਗਏ ਸਨੀ ਕਹਿੰਦੇ ਵਾਲ ਚਿੱਟੇ ਹੋ ਗਏ ਆ ਵਾਲ ਚਿੱਟੇ ਹੋਏ ਬੁੱਢਾ ਹੁੰਦੇ ਆ ਇੱਦਾਂ ਨਹੀਂ ਬੁੱਢੇ ਹੁੰਦੇ ਉਮਰ ਹੀ ਵਧਣ ਡੀ ਯਾਰ ਨੰਬਰ ਹੀ ਵੱਧਦੇ ਆ ਦੱਸੀ ਸਨੀ ਦੱਸ ਇਹਨੂੰ ਇੱਦਾਂ ਹੀ ਜਵਾਨੀ 'ਚ ਪੈਰ ਧਰਿਆ ਨਵਾਂ ਨਵਾਂ ਤੇ ਦੋ ਵੇਖਿਆ ਵੀਰ ਨੂੰ ਸਾਰੀ ਗੱਲ ਵੀ ਕਿੰਨੀਆਂ ਗੱਲਾਂ ਦਾ ਪਤਾ ਇਹਨਾਂ ਨੂੰ ਹੈ ਇੱਦਾਂ ਬੁੱਢੇ ਕਹਿੰਦੇ ਸਰ ਗਿਆ ਹੈ ਪੈਰੇ ਸਰੀ ਜਿਹੜੀ ਤਾਂ ਸਾਰੀ ਚੀਜ਼ ਖਵਾਈ ਬੁੱਢੇ ਹੁੰਦੇ ਹੋਗੀ ਆਪਾਂ ਨੂੰ ਲਾਲੀਆਂ ਪਗਦੀਆਂ ਕੰਨ ਗੱਲਾਂ ਹੁੰਦੀਆਂ ਵੀ ਚੀਜ਼ ਕੀ ਖਵਾਈ ਗਲਤ ਨਾ ਸਮਝਿਆ ਕਰੋ ਗਰੀਬੀ ਪਈ ਇਹਨਾਂ ਨੂੰ ਨੈਗੇਟਿਵ ਨਹੀਂ ਸੋਚਣਾ ਪੋਜ਼ਿਟਿਵ ਰਹਿਣਾ ਗੱਲ ਮੈਂ ਤੇ ਸਣੀ ਡਿਸਕਸ ਇਹ ਕਰਨੇ ਕਿ ਜਿਹੜੇ ਬੰਦੇ ਇਹੋ ਜਿਹੇ ਹੁੰਦੇ ਜਿਹੜੇ ਆਪਣੇ ਨਾਲ ਵੀ ਰਹਿੰਦੇ ਆ ਤੇ ਜਦੋਂ ਆਪਾਂ ਮਾੜਾ ਬੁਰਾ ਭਰਾ ਜਾਂਦੇ ਮਾੜਾ ਬੋਲ ਦਿੰਦੇ ਲੈ ਉਹ ਬੰਦਾ ਇੱਦਾਂ ਮੈਂ ਆਹਦਾ ਕਿ ਜਦੋਂ ਇਹੋ ਜਿਹੀ ਗੱਲ ਪਤਾ ਲੱਗ ਜਾਏ ਨਾ ਸਣੀ ਉਹੋ ਜਿਹੇ ਬੰਦੇ ਤੋਂ ਪਾਸਾ ਵੜ ਜਾਓ ਜੇ ਆਪਾਂ ਨੂੰ ਕਹੇ ਨਾ ਕਿ ਤੁਸੀਂ ਇਹੋ ਜਿਹੇ ਉਹਦੇ ਨਾਲ ਨਹੀਂ ਰਹਿੰਦੇ ਇਹਦੇ ਨਾਲ ਹੀ ਰਹਿੰਦੇ ਕਿਹਨੂੰ ਸਫਾਈ ਦੇਣ ਦੀ ਲੋੜ ਨਹੀਂ ਆ ਜਦੋਂ ਬੰਦਾ ਆਪਣੇ ਨਾਲ ਰਹਿ ਕੇ ਫੁੱਦੂ ਲਾਉਣ ਡਿਆ ਸੀ ਤੇ ਫਿਰ ਸੋ ਇਹੋ ਜਿਹੇ ਬੰਦੇ ਨੂੰ ਹੱਥ ਜੋੜੋ ਕਹਿੰਦੇ ਵੀਰ ਚਲੋ ਆਨੰਦ ਲਓ ਆਦੇ ਸਾਨੂੰ ਵੀ ਲੈ ਆਉਂਦੋ ਤੁਸੀਂ ਸਾਡੇ ਬਾਰੇ ਮਾੜਾ ਬੋਲੋ ਹੈ ਦੱਲੇ ਕਲਰ ਕਰਦੇ ਪਏ ਮੁੰਡੇ ਯਾਰ ਕਲਰ ਤਾਂ ਵੀ ਸੋਹਣਾ ਲੱਗਣਾ ਪਹਿਲਾਂ ਕਰਤਾ ਤੁਸੀਂ ਪਰ ਜ਼ਿਆਦਾ ਲਾਲ ਜਿਹਾ ਹੋਣਾ ਫੋਟੋ ਦੇ ਵਿੱਚ ਜਦੋਂ ਤਾਂ ਮੁੱਛਾਂ ਦਾ ਇੱਦਾਂ ਦਾ ਚਾਹੀਦਾ ਮੈਨੂੰ ਦੋਵੇਂ ਇੱਕੋ ਮਿੱਕੋ ਜਿਹੇ ਹੋ ਜਾਣ ਚੀਓਪੜ ਕੇ ਰਾਤਾ ਜੀ ਚੀਓਪੜ ਕੇ ਇਹ ਮੁੰਡੇ ਨੂੰ ਸਣੀ ਹੁੰਦਾ ਆਪਣੀ ਕਲਾਗਰੀ ਨਾ ਕਰ ਮੈਂ ਦੱਸਦੀ ਗੱਲ ਜੇ ਸਕਿਨ 'ਤੇ ਆ ਗਿਆ ਤਾਂ ਮੈਂ ਤਾਂ ਲੰਮੇ ਪਾਲਣਾ ਜੀ ਮੈਂ ਵੀ ਤਾਂ ਕਹਿੰਦਾ ਬਸ ਚੀਟਾ ਜੇ ਸਨੀ ਨਾ ਯਾਰ ਸਕਿਨ 'ਤੇ ਰਹਿਣਾ ਵੇ ਤੈਨੂੰ ਸਹੁੰ ਆਈ ਮੇਰੇ ਪਿਆਰ ਦੀ ਜੇ ਤੂੰ ਖਰਾਬੀ ਕੀਤੀ ਹੈ ਮਿੱਤਰਾ ਮਿਸ਼ਨ ਸਕਸੈਸਫੁਲ ਹੋ ਗਏ ਤੂੰ ਜਿੱਦਣ ਗੁਰਕੀ ਜਾਣਾ ਧੀਰੇ ਜਾਣਾ ਥੋੜ੍ਹੀ ਖਾ ਲੈਂਦਾ ਪਹਿਲਾਂ ਹੈ ਦੱਸਦਾ ਨਹੀਂ ਆ ਲਵ ਮਿੱਤਰਾ ਦੂਜਾ ਭਾਵ ਵੇਖਿਆ ਮਿਸ਼ਨ ਸਕਸੈਸਫੁਲ ਹੋ ਗਿਆ ਮਿੱਤਰੋ ਸੋ ਵਾਸ਼ ਕੀਤਾ ਜਾਵੇ ਇਹਦੇ ਵਾਲ ਕੱਢ ਦੇਣੇ ਸੀ ਇਹਨੂੰ ਕਾਫੀ ਪੈ ਗਿਆ ਮਨ ਲਾਂਟੇ 'ਚੋਂ ਸਾਲੇ ਹਰ ਇੱਕ ਵੇਲਾ ਸ਼ਬਦ ਵਿੱਚ ਇੱਕ ਅੱਧਾ ਅੱਖਰ ਗਲਤ ਬੋਲਿਆ ਗਿਆ ਸਾਰਾ ਖੇਡ ਹੀ ਵਿਗੜ ਜਾਣੀ ਕੁੜੀ ਵੀ ਲਾਂਟੇ ਦੀ ਥਾਂ 'ਤੇ ਹੋਰ ਤੋਂ ਬੋਲਿਆ ਗਿਆ ਚੱਲ ਕੰਮ ਖਰਾਬ ਦੋ ਮਤਲਬ ਕਿ ਇੱਕ ਅੱਖਰ ਤੱਕ ਸਿਆਪਾ ਪੈਣ ਡਿਆ ਹੈ ਚਲੋ ਭਾਈ ਪੈ ਕਿੰਨਾ ਟਾਈਮ ਇੱਥੇ ਲੱਗਦਾ ਕਿੱਦਾਂ ਕਿੱਦਾਂ ਆਪਣੇ ਵਾਲ ਕੱਢਦਾ ਕਿੰਨੇ ਕਿੰਨੇ ਖੱਜ ਖਰਾਬ ਹੋ ਗਏ ਕਿੰਨੇ ਕਿੰਨੇ ਜਾ ਕੇ ਰੰਗ ਰੂੰਗ ਚੜ੍ਹਦਾ ਤੇ ਵੇਖਦਾ ਫਿਰ ਜਾ ਕੇ ਸੁਤਰਾਉਂਦਾ ਹੈ ਹਜੇ ਵੀ ਰੰਗ ਵੀ ਛੋਟ ਹੀ ਨਹੀਂ ਮਿਲੇ ਜਦ ਓਕੇ ਰਿਪੋਰਟ ਨਹੀਂ ਕਰਦਾ ਚਲੋ ਪਾਣੀ ਜ਼ਿਆਦਾ ਗਰਮ ਨਾ ਪਾਈ ਸਰਦੀ ਧੀ ਨੂੰ ਲੱਕੜ ਕਰਦਾ ਲੱਗਾ ਵੀ ਮਿੱਤਰਾ ਹਰਮਨ ਮੈਨੂੰ ਛੱਡ ਗਿਆ ਜੀ ਹੈ ਮੇਰੇ ਅਸਲ ਦੇ ਵਿੱਚ ਨਾ ਵਾਲਾਂ ਨੂੰ ਰੰਗ ਜਿਹਾ ਕਰਾਉਣ ਟਾਈਮ ਬੜਾ ਲੱਗਦਾ ਜਾਣ ਡਿਆ ਗੁਰੂਆ ਅੱਜ ਵਾਲਾਂ ਨੂੰ ਰੰਗ ਕਰਦੇ ਕਰਦੇ ਘੱਟੋ ਘੱਟ ਡੇਢ ਦੋ ਘੰਟੇ ਖਰਾਬ ਕੀਤੇ ਬੰਦਿਆਂ ਨੇ ਪਹਿਲਾਂ ਰੰਗ ਕੀਤਾ ਉਹ ਸਾਲਾ ਜ਼ਿਆਦਾ ਫਿੱਕਾ ਜਿਹਾ ਹੋ ਗਿਆ ਉਹ ਗੁਰੂਆ ਜਦੋਂ ਮੈਂ ਸਨੈਪਚੈਟ ਖੋਲਿਆ ਕਰਾਂਗਾ ਕੁੜੀ ਉਹ ਹੋਰ ਹੀ ਲੱਗੇ ਕਰੀ ਸਿਰ ਦੇ ਵਿੱਚ ਕਿਉਂ ਉੱਦਾਂ ਨੋਰਮਲ ਵੇਖਾਂ ਸ਼ੀਸ਼ੇ ਦੇ ਵਿੱਚ ਵਧੀਆ ਲੱਗੇ ਅਤੇ ਬਾਅਦ 'ਚ ਫਿਰ ਉਹਨਾਂ ਨੇ ਪਤਾ ਨਹੀਂ ਕਿਹੜਾ ਕੋਡ ਜਾਂਦਾ ਛੇ ਪਹਿਲਾਂ ਛੇ ਕੋਡ ਜਿਹਾ ਕਿਤੇ ਮੈਂ ਸੱਤ ਕੀਤਾ ਸੱਤ ਨਾ ਗੱਲਾਂ ਬਣੀਆਂ ਫਿਰ ਪਤਾ ਨਹੀਂ ਮੈਨੂੰ ਬਾਹ ਹੇਡਾ ਕਿੰਨਾ ਟਾਈਮ ਸਿਰ 'ਤੇ ਪਾਣੀ ਕੀ ਕੱਪੜਾ ਜਿਹਾ ਬੰਨ ਕੇ ਸਾਲਾ ਉਹ ਤੋਂ ਬਾਅਦ ਫਿਰ ਅੱਜ ਗਾਣ ਜਿਹਾ ਕੀਤਾ ਅਤੇ ਹੁਣ ਓਕੇ ਰਿਪੋਰਟ ਹੋਇਆ ਸਵੇਰੇ ਤੁਹਾਨੂੰ ਵਿਖਾਊਂਗਾ ਉਹਨਾਂ ਨੇਰਾ ਆ ਗਿਆ ਮੇਰੀ ਜਾਨ ਅਤੇ ਫਿਰ ਗੱਲ ਕਰਦੀ ਕਿ ਸੱਜੀ ਲੈਣ ਆ ਗਈ ਆਪਾਂ ਨੂੰ ਇਹ ਉਹ ਬੰਦਾ ਜੇ ਜਿਹਦਾ ਸਰਵਿਸ ਸਟੇਸ਼ਨ ਉੱਥੇ ਗੱਡੀ ਲਾ ਕੇ ਆਇਆ ਸਵੇਰ ਦੀ ਉੱਥੇ ਲੱਗੀ ਰਾਣੀ ਆਪਣੀ ਇਹ ਬਾਈ ਕੋਲ ਲੈ ਕੇ ਆਇਆ ਸੀ ਇਹ ਬਾਈ ਮੌਜੂਦ ਨਹੀਂ ਹੈਗਾ ਉਦੋਂ ਅਤੇ ਇਹ ਬਾਈ ਲੈਣਾ ਆ ਆਪਾਂ ਨੂੰ ਮੈਂ ਬਾਈ ਨੂੰ ਕਹਿੰਦਾ ਗੱਡੀ ਨਹੀਂ ਚਾਹੀਦੀ ਆਪਾਂ ਖਾ ਪੀ ਗਏ ਬਾਜ਼ਾਰ ਚੱਲੀਏ ਪਹਿਲਾਂ ਮਿੱਤਰਾਂ ਦੇ ਓਕੇ ਰਿਪੋਰਟ ਕਰਾ ਦਿੱਤੀ ਬਹਿ ਜਾ ਕਰਾ ਦਿੱਤੀ ਉਸਤਾਦ ਕੱਲੂ ਲੈ ਬਾਈ ਚਲੋ ਚੀਜ਼ ਤੋਂ ਆਹ ਟੀ ਸ਼ਰਟ ਆ ਫਿਰ ਲੈ ਕੋਈ ਨਾ ਕੋਈ ਉਹ ਉੱਦਾਂ ਲਿਆਉਂਦੀਆਂ ਤੇਰੇ ਵਾਸਤੇ ਪਾਲੀ ਤੈਨੂੰ ਦਈਆਂ ਸਪੈਸ਼ਲ ਸਪੈਸ਼ਲ ਤੇਰੇ ਵਾਸਤੇ ਹੀ ਆਨੰਦ ਲੈ ਗੱਡੀ ਪਾਲੀ ਹੋਈ ਧੋਤੀ ਤੂੰ ਤਾਂ ਗੁਰੂ ਆ ਹੈਂ ਸਹੁੰ ਲੱਗੇ ਤੇਰੇ ਕੁਛ ਕਰਦਾ ਚਿੱਤ ਕੁਛ ਕਰਦਾ ਹੀ ਮੇਰਾ ਹੈਂ ਸਵੇਰ ਦੀ ਧੋ ਕੇ ਡੱਕੀ ਵਿਚਾਰੇ ਨੇ ਪੇ ਪਰ ਮੈਂ ਲੇਟ ਹੋ ਗਿਆ ਕੋਈ ਨਹੀਂ ਮੈਂ ਨਾ ਰੂਹ ਖੁਸ਼ ਹੋ ਗਈ ਮੇਰੀ ਟੈਨਸ਼ਨ ਨਾ ਲੈ ਮੈਨੂੰ ਪਤਾ ਤੂੰ ਤੀਜਾ ਦੋ ਗੱਡੀ ਚੱਲ ਵੀ ਮਿੱਤਰਾ ਚਲੀਏ ਘਰ ਕੋ ਜਾਣੇ ਕਾ ਮਤਲਬ ਕਿ ਫਲੈਟ ਚਲੀਏ ਫਲੈਟ ਜਾ ਕੇ ਲੀੜਾ ਕੱਪੜਾ ਲਾ ਕੇ ਅਤੇ ਫਿਰ ਜਿੰਮ ਦੀ ਕਰੀਏ ਤਿਆਰੀ ਕਿਉਂਕਿ ਅੱਜ ਜਿੰਮ ਜਾਣਾ ਪੈਣਾ ਆਪਾਂ ਨੂੰ ਦੂਜੇ ਵਾਲੇ ਮੈਂ ਕਹਿਣ ਦਾ ਮਤਲਬ ਕਿ ਜਿਹੜਾ 24 ਘੰਟੇ ਹੀ ਖੁੱਲ੍ਹਾ ਰਹਿੰਦਾ ਵਾ
ਉੱਥੇ ਜਾਵਾਂਗੇ ਅੱਜ ਇੱਧਰੋਂ ਤਾਂ ਹੋ ਜਾਣਾ ਲੇਟ ਹੋ ਗਈ 7 ਵੱਜ ਗਏ ਮੈਨੂੰ ਭੁੱਖ ਲੱਗੀ ਆ ਪਹਿਲਾਂ ਮੈਂ ਕੈਫੇ ਜਾਊਂਗਾ ਹਰਮਨ ਪਹਿਲਾਂ ਚਲ ਗਿਆ ਸੀ ਹਰਮਨ ਅਤੇ ਮੰਨਾ ਇਕੱਠੇ ਆ ਇੱਧਰ ਯਾਰ ਹੋਣਾ ਫਿਰ ਇੱਕ ਦੋ ਕੰਮ ਸੀ ਉਹ ਕਰਕੇ ਅਤੇ ਹੁਣ ਭਾਈ ਜਾਵਾਂਗੇ ਪਹਿਲਾਂ ਕੈਫੇ ਕੈਫੇ ਤੋਂ ਬਾਅਦ ਫਿਰ ਫਲੈਟ ਫਲੈਟ ਤੋਂ ਬਾਅਦ ਫਿਰ ਉਹਨਾਂ ਨੂੰ ਕਰਾਂਗੇ ਤਿਆਰ ਕਿ ਚਲੋ ਬਈ ਜਿੰਮ ਚੱਲੀਏ ਅਤੇ ਇਹਨਾਂ ਦੇ ਪਿੰਡ ਜਾਣ ਤੋਂ ਨਾ ਰੁੱਕ ਕਰਨੀ ਪਰ ਪਿੰਡ ਨਾਲ ਮੈਂ ਲੈ ਕੇ ਜਾਣਾ ਅੱਜ ਰਾਤ ਨੂੰ ਤੁਰ ਪੈਣਾ ਮੇਰੀ ਜਾਂ ਰਾਤ ਨੂੰ ਭਾਵੇਂ ਇੱਥੋਂ 11 ਵਜੇ ਤੁਰੀਏ ਪਰ ਪਿੰਡ ਜਾਵਾਂਗੇ ਠੀਕ ਹੈ ਮੈਂ ਵੀ ਮਿੱਤਰਾ ਉਹ ਗਈ ਯਾਰ ਨਹੀਂ ਕੈਫੇ ਤਾਂ ਯਾਰ ਉਹਨਾਂ ਨੂੰ ਕੋਈ ਹੁਣ ਸੰਗ ਸ਼ਰਮ ਨਹੀਂ ਵੇਹਲੋ ਮੈਂ ਪਹਿਲਾਂ ਸੰਗਦਾ ਨਾ ਇਹ ਮਾੜਾ ਮੋਟਾ ਇਕੱਲਾ ਵਲੋਗ ਬਣਾਉਣ ਕੇ ਪਰ ਹੁਣ ਪਰਵਾਹ ਹੀ ਨਹੀਂ ਕਰਦੀ ਲੱਗ ਜਿਹੜਾ ਮਰਜ਼ੀ ਤਰਫ ਤਰਫ ਜਦੋਂ ਵਲੋਗ ਬਣਾਉਣਾ ਅਤੇ ਸੱਜਣਾ ਮਿੱਤਰਾਂ ਨੂੰ ਵਿਖਾਉਣਾ ਅਤੇ ਪਾਉਣਾ ਅਤੇ ਆ ਜਾਓ ਫਿਰ ਖਾਈਏ ਕੁਛ ਮੈਂ ਵੀ ਮਿੱਤਰਾ ਔਡਰ ਆਪਣਾ ਆ ਗਿਆ ਜੀ ਹੁਣ ਆਹ ਚੀਜ਼ ਦੇਖ ਕੇ ਕਈਆਂ ਨੂੰ ਇਹ ਲੱਗਣਾ ਤਾਂ ਗੁੱਗੂ ਆ ਤੁਹਾਨੂੰ ਪਤਾ ਗੁੱਗੂ ਖਾਂਦੇ ਨਹੀਂ ਆਪਾਂ ਨੇਕਿਆਂ ਦੇ ਰੋਟੀ ਦਾ ਬਣਾ ਕੇ ਹੁਣ ਪਤਾ ਨਹੀਂ ਕਿਸੇ ਬੋਲੀ ਦੇ ਵਿੱਚ ਇਹਨੂੰ ਮਤਲਬ ਕਿ ਕਈਆਂ ਇਲਾਕੇ 'ਚ ਇਹਨੂੰ ਖਿੱਚ ਜਾਂਦੇ ਹੁੰਦੇ ਸੀ ਆਪਣੇ ਦੀ ਗੁੱਗੂਆਂ ਦੇ ਹੁੰਦੇ ਸੀ ਇਹਦੇ ਵਿੱਚ ਖੰਡ ਪਾ ਕੇ ਇਹ ਵੀ ਰੋਟੀ ਇੱਕ ਹਿਸਾਬ ਦੀ ਇਹਦੇ ਵਿੱਚ ਪਨੀਰ ਪੂਰ ਪਕਾ ਲਿਆ ਪਵਾ ਲਿਆ ਆਪਾਂ ਓਕੇ ਰਿਪੋਰਟ ਹੋਇਆ ਕੰਮ ਦੇ ਨਾਲ ਪੀਵਾਂਗੇ ਸ਼ੇਕ ਓਕੇ ਹੋਣੀ ਗੱਡੀ ਫਿਰ ਲੋਡ ਹੋਏ ਨਹੀਂ ਪੂਰੀ ਅਤੇ ਫਿਰ 2 ਘੰਟੇ ਬੋਲਣੇ ਆ ਪਟਣਾ ਲੈ ਵੀ ਮਿੱਤਰਾ ਆਹ ਖਾਂਦੇ ਖਾਂਦੇ ਆਪਣਾ ਨੈਚੁਰਲ ਪ੍ਰੋਟੀਨ ਸ਼ੇਕ ਵੀ ਆ ਗਿਆ ਜੀ ਨੱਪ ਕੇ ਕਿੱਲੀ ਅਤੇ ਪਹੀਏ ਚਾਲੇ ਫਲੈਟ ਨੂੰ ਨਾਲ ਦੇ ਬੰਦੇ ਨੂੰ ਠਾਈ ਜਾ ਕੇ ਲੈ ਵੀ ਮਿੱਤਰਾ ਕਹਿੰਦੇ ਕੀ ਕਰ ਰਿਹਾ ਕਹਿੰਦੇ ਰੇੜ ਲੇੜਾ ਮਾਰ ਲਈਆਂ ਲੇੜਾ ਲੈ ਵੀ ਮਿੱਤਰਾ ਯਾਰ ਨਹੀਂ ਤੇ ਹੋ ਗਏ ਵਿਹਲੇ ਤਾਂ ਹੁੰਦੇ ਪੁੱਛੋ ਕਿ ਤੂੰ ਢਿੱਲੋ ਭਾ ਆਇਆ ਕਿੱਥੇ ਆ ਮੈਂ ਆਇਆ ਮਿੱਤਰੋ ਹੰਬਲ ਮਿਊਜ਼ਿਕ ਪ੍ਰੋਡਕਸ਼ਨ ਵਾਲਿਆਂ ਦੇ ਕੋਲ ਅਤੇ ਸਰਪ੍ਰਾਈਜ਼ ਸੂਨ ਤੁਹਾਡੇ ਵਾਸਤੇ ਮਿੱਤਰੋ ਸੂਨ ਸਰਪ੍ਰਾਈਜ਼ ਸੋ ਵਲੋਗ ਆਪਣਾ ਇੱਦਾਂ ਹੀ ਚੱਲਦੇ ਰਹਿਣਗੇ ਹੈਂ ਹੁਣ ਯਾਰ ਨਹੀਂ ਜਾਣਗੇ ਫਲੈਟ ਅਤੇ ਫਲੈਟ ਜਾ ਕੇ ਲਾਉਣਗੇ ਫਿਰ ਉਹ ਤੋਂ ਬਾਅਦ ਕੱਪੜੇ ਚੇਂਜ ਕਰਕੇ ਜਿੰਮ ਲਾ ਕੇ ਫਿਰ ਉੱਥੇ ਜਾਵਾਂਗੇ ਪਿੰਡ ਅਤੇ ਪਿੰਡੋਂ ਫਿਰ ਇੱਕ ਦੋ ਦਿਨ ਕੰਮ ਕਰਕੇ ਫਿਰ ਮਾਲੀ ਆਵਾਂਗੇ ਅਤੇ ਮਾਲੀ ਆ ਕੇ ਇੱਕ ਦੋ ਘੈਂਟ ਜਿਹੇ ਵਲੋਗ ਐਡੇ ਘੈਂਟ ਵਲੋਗ ਤੁਹਾਨੂੰ ਵੇਖਣ ਨੂੰ ਮਿਲਣੇ ਨਾ ਮਿਲੀ ਜਾਣ ਤਗੜੇ ਹੋ ਜਾਓ ਹੁਣ ਤਗੜੇ ਹੈ ਨਾ ਕਿਉਂਕਿ 17 ਤਰੀਕ ਤੋਂ ਆਪਣਾ ਜਾਂ 18 ਤਰੀਕ ਤੋਂ ਆਪਣਾ ਉਹ ਵਲੋਗਿੰਗ ਦਾ ਸਿਸਟਮ ਦੂਜਾ ਸ਼ੁਰੂ ਹੋਣ ਡਿਆ ਕਿਉਂਕਿ ਕਿਹੜਾ 365 ਦਿਨ ਵਾਲਾ ਮਿਲੀ ਜਾਣ ਜੋ ਆ ਜਾਓ ਫਿਰ ਚੱਲਦੇ ਹਾਂ ਫਲੈਟ ਨੂੰ ਲੈ ਵੀ ਮਿੱਤਰਾ ਯਾਰ ਨਹੀਂ ਕਰਕੋ ਅੱਜ ਸਾਰਾ ਦਿਨ ਦਾ ਵਲੋਗ ਜਿਹੜਾ ਬਣਾਇਆ ਉਹ 13 ਪ੍ਰੋ ਮੈਕਸ 'ਚ ਬਣਾਇਆ 12 ਨਾ 15 ਪ੍ਰੋ ਮੈਕਸ ਦੀ ਨਾ ਬੈਟਰੀ ਡੈਡ ਹੋ ਗਈ ਸੀ 11 ਵਜੇ ਨਾਲ ਹੀ ਤੋ ਥੋੜ੍ਹੇ ਸ਼ੋਟ ਉਹ 'ਚ ਲਏ ਅਤੇ ਬਾਕੀ ਸਾਰਾ ਵਲੋਗ ਇਹ 'ਚ ਬਣਾਇਆ ਉਹਦਾ ਸਾਲਾ ਦਾ ਸਿਆਪਾ ਬਣਾ ਕੀ ਹੈ ਉਹਨੂੰ ਚਾਰਜ ਦੂਜਾ ਦੋਵੇਂ ਪਾਸਿਓਂ ਜਗਾੜ ਜਿਹਾ ਹੋ ਰਹੀ ਇਹਦਾ ਆਇਆ ਅਤੇ ਉਹ ਜਿੱਥੇ ਵੀ ਕਿਤੇ ਗਿਆ ਕਹਿੰਦੇ ਕਿ ਕੋਈ ਚਾਰਜ ਨਹੀਂ ਹੈਗਾ ਸੀ ਅੱਗੇ ਮੈਂ ਬੈਗ 'ਚ ਪਾ ਕੇ ਨਾਲ ਲੈ ਜਾਂਦਾ ਨਾ ਸੀ ਬੈਗ 'ਚ ਮੇਰੇ ਕੋਲ ਹੀ ਪਰ ਨਾਲ ਨਹੀਂ ਮੈਂ ਲੈ ਗਿਆ ਮੈਨੂੰ ਇਹ ਮੈਂ ਘਰੇ ਆ ਹੈਨਾ ਘਰੇ ਮੁੜਿਆ ਨਹੀਂ ਗਿਆ ਟਾਈਮ ਸਿਰ ਲੈ ਭਾਈ ਆ ਗਏ ਪੁੱਤਰ ਜੀ ਆ ਗਏ ਵੀ ਆ ਗਏ ਖੋਲੋ ਅਤੇ ਪਿੰਡ ਜਾਣ ਦੀ ਕਰੋ ਤਿਆਰੀ ਗਾਓ ਕੋ ਜਾਣਾ ਹੈ ਅੱਜ ਤੁਹਾਨੂੰ ਪਤਾ ਹੈ ਨਾ ਚਲੋ ਘਰ ਕੋ ਜਾਣਾ ਹੈ ਘਰ ਕੋ ਜਾਣਾ ਹੈ ਲੈ ਵੀ ਮਤਰਾ ਜਾਵਾਂਗੇ ਜਿੰਮ ਤੇ ਜਾਣ ਨੂੰ ਸੱਚੀ ਦੱਸਾਂ ਨਾ ਜੀ ਨਹੀਂ ਕਰਨਾ ਸਾਰਾ ਦਿਨ ਫਿਰ ਫਿਰ ਕੇ ਨਾ ਮੈਂ ਥੱਕ ਗਿਆ ਅਤੇ ਟਾਈਮ ਹੋ ਗਿਆ ਜੇ 9:15 ਜਾਣਾ ਤਾਂ ਪੈਣਾ ਹੀ ਆ ਅਤੇ ਥੋੜ੍ਹਾ ਜਿਹਾ ਉਹ ਆ ਜੋ ਕੰਮ ਹੋ ਗਿਆ ਨਾ ਅਤੇ ਆ ਕੇ ਲੰਮੇ ਪੈ ਗਏ ਚਲ 5 ਮਿੰਟ ਲੰਮੇ ਪੈ ਜਾਣਾ ਅਤੇ 5 ਮਿੰਟ ਜੇ ਲੰਮੇ ਪੈ ਜੇ ਨੀਂਦ ਆ ਗਈ ਤਾਂ ਚੱਲ ਬਈ ਜਿੰਮ ਆਪਣਾ ਕੈਂਸਲ ਹੈ ਅਤੇ ਇੱਕ ਮੇਰੀ ਜਾਣ ਮੈਂ ਨਾ ਕਮੈਂਟ ਪੜ੍ਹਨਾ ਜਿੱਦਾਂ ਕਈ ਵੀਰ ਨਾ ਜਿਹੜੀਆਂ ਗੱਲਾਂ ਪਿਛਲੇ ਵਲੋਗਾਂ ਦੱਸਦੀਆਂ ਉਹ ਫਿਰ ਦੁਬਾਰਾ ਪੁੱਛਦੇ ਰਹਿੰਦੇ ਹੈ ਨਾ ਜਾਂ ਤਾਂ ਉਹ ਵੀਰ ਆਪਣੇ ਚੈਨਲ 'ਤੇ ਨਵੇਂ ਜੁੜੇ ਆ ਅਤੇ ਜਾਂ ਜਿਹੜੇ ਪੁਰਾਣੇ ਜੁੜੇ ਉਹਨਾਂ ਨੇ ਪੁਰਾਣੀਆਂ ਵਲੋਗ ਵੇਖੇ ਨਹੀਂ ਜੇ ਵੇਖੇ ਤਾਂ ਸਕਿੱਪ ਕਰਕੇ ਵੇਖੇ ਆ ਤਾਂ ਕਰਕੇ ਉਹਨਾਂ ਨੂੰ ਉਹ ਚੀਜ਼ਾਂ ਦੁਬਾਰਾ ਪੁੱਛਣੀਆਂ ਪੈਣਗੀਆਂ ਮੇਰੀ ਜਾਂ ਕੁਛ ਗੱਲਾਂ ਜੇ 500 ਕਮੈਂਟ ਆਇਆ 500 ਕਮੈਂਟ ਦੇ ਵਿੱਚ ਜੇ ਕਹਿੰਦੇ 30-40 ਕਮੈਂਟ ਵੀ ਇਹੋ ਜਿਹੇ ਕੀਤੇ ਆ ਕਿ ਉਹ ਗੱਲਾਂ ਪਿੱਛੇ ਦੱਸੀਆਂ ਮੇਰੀ ਜਾਂ ਤੁਸੀਂ ਪੁਰਾਣੇ ਵਲੋਗ ਵੇਖੋ ਜਦੋਂ ਵਿਹਲੇ ਬੈਠੇ ਆ ਉਦੋਂ ਪੁਰਾਣੇ ਵਲੋਗ ਖੋਲ੍ਹ ਕੇ ਵੇਖਿਆ ਕਰੋ ਤੁਹਾਨੂੰ ਉਹਦੇ ਵਿੱਚ ਸਾਰੀਆਂ ਗੱਲਾਂ ਦੇ ਜਵਾਬ ਮਿਲ ਜਾਣੇ ਆ ਅਤੇ ਸੋ ਮੇਰੀ ਜਾਣ ਇਸ ਚੀਜ਼ ਦਾ ਧਿਆਨ ਰੱਖੋ ਅਤੇ 1 ਕਮੈਂਟ ਹੋਰ ਪੜਿਆ ਮੈਂ ਇਹੋ ਜਿਹੇ ਇੱਕ ਨੇ ਬਾਵਾ ਪੜੇ ਸੀ ਕਹਿੰਦਾ ਜਿਹੜੇ ਹਿਸਾਬ ਨਾਲ ਤੂੰ ਇੱਕ ਦਿਨ ਦੇ ਵਿੱਚ 10 ਲੱਖ ਦੀ ਸ਼ੋਪਿੰਗ ਕਰਦਾ ਵਾ ਇਨਕਮ ਟੈਕਸ ਦੀ ਰੇਟ ਤੇਰੇ ਘਰ ਛੇਤੀ ਪੈ ਜਾਣੀ ਜਾਣ ਮੇਰੀ ਇਹ ਚੀਜ਼ ਕੋਈ ਵੀ ਚੀਜ਼ 1 ਦਿਨ 'ਚ ਨਹੀਂ ਬਣਦੀ ਹੁਣ ਇਹ ਤੁਹਾਨੂੰ ਮੈਂ ਕੀ ਦੱਸਾਂ ਕਿ ਮੈਂ ਕਿੱਦਾਂ ਬਣਾਈ ਹਾਂ ਹੈ ਨਾ ਤੀਲਾ ਜੋੜ ਕੇ ਹੌਲੀ ਹੌਲੀ ਪੈਸੇ ਇਕੱਠੇ ਕਰਕੇ 10 ਲੱਖ ਰੁਪਏ ਦੇ 1 ਦਿਨ 'ਚ ਥੋੜ੍ਹੀ ਆ ਜਾਂਦਾ ਹਾਂ ਉਹਨੂੰ ਆਪਾਂ ਖਰਚ 1 ਦਿਨ ਸਕਦੇ ਹਾਂ ਹੈ ਨਾ ਦੇਖ ਕਰਕੇ ਆਪਾਂ ਸ਼ਰੇਆਮ ਉਹ ਚੀਜ਼ ਲਿਖ ਕੇ ਪਾਈ ਹੈ ਨਾ ਅਤੇ ਆਪਾਂ ਨੂੰ ਡਰ ਨਹੀਂ ਆ ਆਪਣਾ ਸਾਰਾ ਕੰਮ ਬਾਬੇ ਕਿਰਪਾ ਨੇ 1 ਨੰਬਰ 'ਚ ਆ ਇਹ ਉਹਨਾਂ ਨੂੰ ਡਰ ਹੁੰਦਾ ਜਿਨ੍ਹਾਂ ਨੇ ਗਲਤ ਕੰਮ ਕੀਤੇ ਹੁੰਦੇ ਚਲੋ ਹੋ ਵੀ ਕਿਸੇ ਦੀ ਮਜਬੂਰੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਕੋਈ ਕਿੱਦਾਂ ਕਰਦਾ ਮੈਂ ਆਪਣੀ ਗੱਲ ਦੱਸਦਾ ਹੈ ਨਾ ਹਰ ਇੱਕ ਦੀ ਬੰਦੇ ਦੀ ਮਜਬੂਰੀ ਹੁੰਦੀ ਜੇ ਕੋਈ ਬਾਹਰ ਜਾਂਦਾ ਜੋ ਗਲਤ ਕੰਮ ਕਰਦਾ ਕੋਈ ਵੀ ਇੱਕ ਬੰਦਾ ਕਿੱਦਾਂ ਦਾ ਵੀ ਕੰਮ ਕਰਦਾ ਵਾ ਉਹਦੀ ਮਜਬੂਰੀ ਹੁੰਦੀ ਉਹਦੇ ਹਾਲਾਤ ਉੱਦਾਂ ਦੇ ਹੁੰਦੇ ਹਾਲਾਤਾਂ ਕਰਕੇ ਜ਼ਿੰਦਗੀ 'ਚ ਬੰਦੇ ਨੂੰ ਬੜਾ ਕੁਝ ਕਰਨਾ ਪੈ ਜਾਂਦਾ ਸੋ ਮੈਂ ਨੋਰਮਲੀ ਗੱਲ ਕਰਦਾ ਕਿ ਆਪਾਂ ਪਾਈ ਆ ਇਹ ਵੀ ਤਿਣਕਾ ਕਰਕੇ ਬਣਾਈ ਗਈ ਆ ਸੋ ਮੇਰੀ ਜਾਣ ਘਰਦਿਆਂ ਨੂੰ ਤੰਗ ਨਹੀਂ ਕਰਨਾ ਇਸ ਚੀਜ਼ ਵਾਸਤੇ ਕਿਸੇ ਨੇ ਮੇਰੇ ਪੁਰਾਣੇ ਠੀਕ ਆ ਅਤੇ ਆ ਜਾਓ ਫਿਰ ਚੱਲਦੇ ਹਾਂ ਜਿੰਮ ਕੋਲ ਚੱਲ ਵੇ ਭਾਈ ਲੈ ਲੈ ਬਿਸਕੁਟ ਆਣਾ ਖਾਣ ਨੂੰ ਕੋਈ ਚੀਜ਼ ਲੱਭੀ ਨਹੀਂ ਬਿਸਕੁਟ ਲੈ ਕੇ ਰੱਖਿਆ ਸੀ
ਮੈਰੀਗੋਲਡ ਜਿਹੜੇ ਖੰਡ ਤੋਂ ਬਣੇ ਹੁੰਦੇ ਆ ਆਪਣਾ ਇਹੋ ਬ੍ਰੈਡ ਸੀ ਅੱਜ ਇਹੋ ਆਪਣੇ ਲਈ ਰੋਟੀ ਸੀ ਜਾ ਕੇ ਜਿੰਮ 'ਚ ਪੀ ਕੇ ਪ੍ਰੀ ਵਰਕਆਊਟ ਦੇ ਵੇਖੀ ਕਿੱਦਾਂ ਨੱਪਦੇ ਕਿੱਲੀ ਅੱਜ ਐਕਸਰਸਾਈਜ਼ ਹੈਗੀ ਆ ਚੈਸਟ ਅਤੇ ਸ਼ੋਲਡਰ ਦੀ ਅਤੇ ਕਾਰਡੀਓ ਆਪਾਂ ਸਵੇਰੇ ਕਰ ਲਿਆ ਕੱਲ੍ਹ ਤਾਂ ਕਿਰਾਇਆ ਵਾਲਿਆਂ ਨੂੰ ਯਾਰ ਇੱਥੇ ਪਹਿਲਾਂ ਲੱਗਣਾ ਸਵੇਰੇ ਤੁਹਾਨੂੰ ਖਾਊਂਗਾ ਬੜਾ ਔਖਾ ਕਰੋ ਬੜਾ ਟਾਈਮ ਖਰਾਬ ਕੀਤਾ ਮੇਰਾ ਜਿਹਨਾਂ ਨੇ ਚਲੋ ਬਾਕੀ ਰੱਬ ਯੋਗਾ ਦਾ ਚੰਗਾ ਕਰਦਾ ਤਾਂ ਮੈਂ ਹੁਣ ਪੇਟ ਨੂੰ ਜਾਣਾ ਸੀ ਪਰ ਜਿਹੜੇ ਹਿਸਾਬ ਨਾਲ ਜਿੰਮ ਚੱਲੇ ਆ 9:30 ਵੱਜ ਗਏ ਆ ਅਤੇ ਆ ਕੇ ਜੇ ਥਕਾਵਟ ਜੀ ਜ਼ਿਆਦਾ ਨਾ ਹੋਈ ਫਿਰ ਤਾਂ ਹੁਣ ਤੁਰ ਪਾਂਗੇ ਨਹੀਂ ਤਾਂ ਫਿਰ ਕੱਲ੍ਹ ਸਵੇਰੇ ਸਵੇਰ ਜਾਵਾਂਗੇ ਪਰ ਮੈਨੂੰ ਲੱਗਦਾ ਕਿ ਮੈਨੂੰ ਰੱਬ ਹੀ ਰੋਕਣ ਡਿਆ ਇਸ ਚੀਜ਼ ਤੋਂ ਕਿਉਂਕਿ ਸਵੇਰੇ ਐਤਵਾਰ ਆ ਅਤੇ ਐਤਵਾਰ ਮੈਂ ਸੋਹਾਣਾ ਸਾਹਿਬ ਜਾਂ ਸਿੰਘ ਸ਼ਹੀਦਾਂ ਦੇ ਆਪਣੇ ਉੱਥੇ ਬਾਬਾ ਦੀਪ ਸਿੰਘ ਜੀ ਦੇ ਜਾਣਾ ਹੁੰਦਾ ਅਤੇ ਮੇਰੇ ਹਿਸਾਬ ਨਾਲ ਬਾਬਾ ਕਹਿੰਦਾ ਕਿ ਦੋ ਪੁੱਤ ਮਾਲੀ ਤਾਂ ਆਏ ਹੀ ਆ ਤੂੰ ਰੁਕ ਹੀ ਜਾ ਹੈ ਨਾ ਕਿ ਉਹਦੇ ਹੁਕਮ ਦੇ ਬਿਨਾਂ ਤਾਂ ਪਤਾ ਨਹੀਂ ਹਿਲਦਾ ਚੱਲ ਵੇ ਭਾਈ ਚੱਲੀਏ ਜਿੰਮ ਕੋ ਬੰਦਾ ਸਾਡਾ ਗੁੱਲਾ ਕੱਢ ਗਿਆ ਜੀ ਜਿੰਮ ਜਾਣ ਤੋਂ ਨਾ ਕਰ ਗਿਆ ਜੇ ਤਾਂ ਅਸੀਂ ਦੋਵੇਂ ਚੱਲੇ ਹਾਂ ਐਕਸਰਸਾਈਜ਼ ਇੰਨੀ ਮੈਨੂੰ ਨਹੀਂ ਲੱਗਾ ਤਾਂ ਇਹਨੇ ਫੋਨ 'ਤੇ ਜਾ ਕੇ ਮੈਂ ਕੱਲ੍ਹ ਵੀ ਲਾਉਂਦੇ ਹਾਂ ਇਹ ਤਾਂ ਮੈਨੂੰ ਪਤਾ ਜਿਹੜੀ ਲਾਉਣ ਡਿਆ ਤੂੰ ਉਹ ਤਾਂ ਪਤਾ ਕਿਹੜੀ ਐਕਸਰਸਾਈਜ਼ ਲਾਉਂਦੇ ਆ ਜਿੰਮ ਜਾ ਕੇ ਅਤੇ ਕਿਹੜੇ ਚਾਰ ਜਿੰਮ ਜਾਂਦੇ ਆ ਇਹੋ ਜਿਹੇ ਵੀ ਫੁੱਦੂ ਹੁੰਦੇ ਆ ਕਈ ਲਾਈਟਾਂ 'ਤੇ ਗਾਣਾ ਪਛਾ ਕੇ ਬ੍ਰੇਕ ਮਾਰ ਦਿੰਦੇ ਆ ਪਹਿਲਾਂ ਤੁਹਾਨੂੰ ਕਿਹੜਾ ਕੰਜਰ ਕਹਿੰਦਾ ਲਾਈਟਾਂ ਕ੍ਰੋਸ ਕਰੋ 2 ਮਿੰਟ ਰੁਕਿਆ ਨਹੀਂ ਜਾਂਦਾ ਤੀਹਦੇ ਯਾਰ ਨਾ ਹੁਣ ਚੋਰੇ ਕੁੜੀ ਹੋਵੇ ਮੈਂ ਨਾ ਬ੍ਰੇਕ ਮਾਰਤੀ ਸਾਨੂੰ ਛੇਤੀ ਨਾ ਆਉਂਦੀ ਤਾਂ ਅਸੀਂ ਵੀ ਬ੍ਰੇਕਾਂ ਮਾਰਦੀਆਂ ਸੀ ਮੁੱਚੀਆਂ ਕਰਾ ਕੇ ਜਾਣੀਆਂ ਸੀ ਨਹੀਂ ਗੁਰੂ ਕਈ ਬਾਲੇ ਮੂਰਖ ਤੇ 2 ਮਿੰਟ ਦਾ ਫਰਕ ਪੈਣ ਲੱਗਾ ਵਾ ਉਹਨੇ ਗੁਰੂ ਲਿਆ ਕੇ ਵਿੱਚ ਬ੍ਰੇਕ ਮਾਰਤੀ ਭਾਵੇਂ ਗੱਡੀ ਦੀ ਬੰਦ ਹੋ ਗਈ ਆ ਉੱਤੋਂ ਲਾਈਟ ਹਾਡੀ ਹੋਈ ਆ ਚਲੋ ਅਸੀਂ ਤਾਂ ਕਿਸੇ ਨੂੰ ਮਾੜਾ ਚੰਗਾ ਆਉਂਦੇ ਨਹੀਂ ਆ ਪਰ ਗਲਤ ਗੱਲ ਕਿਸੇ ਹੋਰ ਤਾਂ ਨੁਕਸਾਨ ਕਰੋਗੇ ਕੋਈ ਤੇਜ਼ ਹੀ ਆਉਣ ਡਿਆ ਹੁੰਦਾ ਲੂਸਿਓ ਮੈਂ ਤੁਹਾਨੂੰ ਦੱਸੀ ਗੱਲ ਅੱਖਰ ਤੇ ਇੱਕਦਾ ਫਰਕ ਪੈਂਦਾ ਸਿੱਧੀ ਦੀ ਪੁੱਠੀ ਗੱਲ ਬਣਦੀ ਪੁੱਠੀ ਸਿੱਧੀ ਬਣ ਜਾਂਦੀ ਕੁੜੀ ਹੋਈ ਤਰ੍ਹਾਂ ਆਪਾਂ ਉਹ ਜਿੰਮ ਆਏ ਜਿਹੜਾ ਰਾਤ 12-1-2 ਵਜੇ ਤੱਕ ਖੁੱਲ੍ਹਾ ਰਹਿੰਦਾ ਪਰ ਮੰਨਾ ਸਾਥ ਛੱਡ ਗਿਆ ਮੈਨੂੰ ਲੱਗੀ ਭੁੱਖ ਅਤੇ ਮੈਨੂੰ ਜਿੱਥੇ ਲੱਗੇ ਕੈਫੇ ਅਹਿਮਦ ਕੈਫੇ ਵਾਲੇ ਤਾਂ ਮੰਨਾ ਕਹਿੰਦਾ ਮੈਨੂੰ ਲੱਗੀ ਭੁੱਖ ਮੈਂ ਕੁਛ ਖਾ ਦਈ ਮੈਂ ਕਿਹਾ ਯਾਦ ਹੈ ਭਾਈ ਵਰਕਆਊਟ ਹੋ ਗਏ ਓਕੇ ਅਤੇ ਪਲੈਨ ਸਾਡੇ ਬਣਦੇ ਕੈਂਸਲ ਹੋ ਜਾਂਦੇ ਪਲੈਨ ਫਿਰ ਪਤਾ ਕੀ ਬਣਿਆ ਪਿੰਡ ਜਾਣ ਦਾ ਹਰ ਬੰਦਾ ਫੋਨ ਆਇਆ ਕਹਿੰਦਾ ਪਿੰਡ ਹੁਣੇ ਤੁਰ ਪਈਏ ਮੈਂ ਕਿਹਾ ਹੁਣੇ ਤਾਂ ਨਹੀਂ ਤੁਰਦਾ ਯਾਰ ਐਤਵਾਰ ਹੋਣ ਵਾਲਾ ਐਤਵਾਰ ਹੋਣ ਦੇ ਵਿੱਚ ਸਿਰਫ ਰਹਿ ਗਿਆ ਥੋੜ੍ਹਾ ਟਾਈਮ ਭਾਈ ਚੱਲੀਏ ਘਰ ਕੋ ਚੰਡੀਗੜ੍ਹ ਨਹੀਂ ਰਹਿੰਦੇ ਕਾ ਬਾਈ ਪਿੰਡ ਕੋ ਜਾਂਦੇ ਕਾ ਹੈ ਇਹ ਤਾਂ ਜੀ ਨਹੀਂ ਕਰਦੇ ਕੁੜੀ ਐਵੇਂ ਦਾ ਇੱਥੇ ਹੀ ਤਾਂ ਆਏ ਇੱਥੇ ਹੀ ਰਹਿਣਾ ਇੱਥੇ ਜਿੰਮ 'ਚ ਜਿੰਮ ਲਾਉਣਾ ਵਾ ਹੈ ਇੱਥੇ ਇੱਕ ਦਿਨ ਦਾ ਪਤਾ ਕਿੰਨੀ ਫੀਸ ਹੈ ਜਿੰਮ ਦੇ ਵਿੱਚ ਬਗਾਨਾ ਬੰਦਾ ਜਿੰਮ 'ਚ ਆਉਂਦਾ ਇਹਨਾਂ ਦੇ 500 ਰੁਪਈਆ ਆਹ ਮੈਨੂੰ ਦੋਵਾਂ ਦਿਨਾਂ 2000 ਰੁਪਏ ਠੋਕ ਗਿਆ ਇਹਨਾਂ ਦਾ ਅੱਜ ਦਾ ਵੀ 500 ਦਾ ਹਰਮਨ ਦਾ ਵੀ ਅਤੇ ਕੱਲ੍ਹ ਦਾ ਦੋਵਾਂ ਦਾ ਹਰਮਨ ਤਾਂ ਸਵੇਰੇ ਵੀ ਲਾ ਗਿਆ ਲਾਗੇ ਵੀ ਨਹੀਂ ਆਇਆ ਲਾਗੇ ਵੀ ਨਹੀਂ ਆਇਆ ਕਦੀ ਕਿਸੇ ਸਾਈਕਲ 'ਤੇ ਬਹਿ ਅਤੇ ਕਦੀ ਕਿਸੇ ਡੰਬਲ ਨੂੰ ਚੁੰਮ ਲਾ ਅਤੇ ਕਦੀ ਕਿਸੇ ਰੱਸੀ ਨੂੰ ਫੜ ਲਾ ਉੱਥੇ ਸਾਈਕਲ ਦੀ ਬਾਈ ਹੁੰਦਾ ਰਹਿੰਦਾ ਸਾਈਕਲ ਨਾਲ ਪਹਿਲਾਂ ਹੀ ਪਾ ਕੇ ਆ ਗਿਆ ਚੱਲੀਏ ਆਪਾਂ ਮਾਮੀ ਵੀ ਆ ਗਏ ਆਹ ਚੱਲੀਏ ਕਿਹੜੀ ਸਹੀ ਦੂਜੀ ਜੇ ਮੈਂ ਇੱਥੇ ਕਰ ਲਏ ਬੇਚਾਰੇ ਸਾਹੀ ਰਾਜ ਜਾਗਦੇ ਜਿਹੜੀ ਗੱਡੀ ਲੰਘ ਗਈ ਨੰਬਰ ਉਹਦਾ ਵੀ ਨੋਟ ਕਰਨਾ ਜਿਹੜੀ ਗੱਡੀ ਆਈ ਨੰਬਰ ਉਹਦਾ ਵੀ ਨੋਟ ਕਰਨਾ ਹੈ ਫਿਰ ਜਿਹੜਾ ਅਣਪਛਾਤਾ ਬੰਦਾ ਮੰਨੇ ਲਗਾ ਜੇ ਉਹਨੂੰ ਲੱਗਣ ਹੀ ਦਿੰਦੇ ਨਾ ਅਜੇ ਤਰਲੇ ਕਰਾਉਂਦੇ ਫਿਰ ਮੇਰੇ ਕਾ ਕਿਤੇ ਫੋਨ ਨਾ ਚੁੱਕੇ ਨਾ ਕਿਤੇ ਮੇਰੇ ਕਾ ਫੋਨ ਨਾ ਚੁੱਕੇ ਦੇ ਤਰਲਾ ਠਾ ਤਰਲਾ ਕੋਈ ਟਾਈਮ ਨਹੀਂ ਯਾਰ ਉਹਨਾਂ ਦਾ ਸੌਣ ਦਾ ਪਰ ਉੱਠਣ ਦਾ ਟਾਈਮ ਹੈਗਾ ਜੀ 5:30-6:30 ਚੰਗਾ ਵੀ ਰਾਣੀ ਕਰ ਰੈਸਟਾਂ 2-3 ਦਿਨ ਜੇ ਮੈਂ ਅੱਜ ਪਿੰਡ ਨੂੰ ਚੜ੍ਹ ਗਿਆ 3 ਮੈਂ ਇੱਥੇ ਛੱਡ ਜਾਣਾ ਜੀ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਿਉਂਕਿ ਮੈਂ ਕੱਲ੍ਹ ਪਰਸੋਂ ਤੱਕ ਫਿਰ ਆ ਜਾਣਾ ਓਕੇ ਫਿਲਹਾਲ ਤਾਂ ਮੇਰਾ ਜਾਣ ਦਾ ਕੋਈ ਚਾਂਸ ਲੱਗਣ ਡਿਆ ਨਹੀਂ ਕਿਉਂਕਿ ਹਰਮਨ ਤਾਂ ਇੱਥੇ ਹੈ ਨਹੀਂ ਹੈ ਹਰਮਨ ਗਿਆ ਬਾਜ਼ਾਰ ਹੈ ਮੰਨੇ ਹਰਮਨ ਬਾਜ਼ਾਰ ਗਿਆ ਚਾਬੀ ਰੱਖ ਗਿਆ ਉਹਨੂੰ ਫੋਨ ਕਰ ਭਰਾਵਾ ਕਿ ਚਾਬੀ ਰੱਖ ਜਾ ਅਸੀਂ ਕਿਤੇ ਬਾਹਰ ਪੈਣਾ ਪੌੜੀਆਂ 'ਚ ਚੱਲ ਵੇ ਭਾਈ ਆ ਜਾ ਲੈ ਵੀ ਮਿੱਤਰਾ ਪਲੈਨ ਦਾ ਹਜੇ ਪਤਾ ਨਹੀਂ ਕਿੱਧਰ ਨੂੰ ਚੱਲ ਜਾਣਾ ਬਲੌਗ ਆ ਜਿਹੜਾ ਕਿਉਂਕਿ ਹਰਮਨ ਗਿਆ ਚੰਡੀਗੜ੍ਹ ਅਤੇ ਯਾਰ ਹੁਣੀ ਪਹੁੰਚ ਗਏ ਫਲੈਟ 'ਤੇ ਟਾਈਮ ਹੋ ਗਿਆ ਜੇ 12:30 ਤੋਂ ਉੱਤੇ ਮੇਰੇ ਹਿਸਾਬ ਨਾਲ 12:50 ਹੋ ਗਏ ਜਾਣ ਮੇਰੀਏ ਅਤੇ ਮੇਰਾ ਇਰਾਦਾ ਵਾ ਕਿ ਜੇ ਹਰਮਨ ਆ ਗਿਆ
ਫਿਰ ਤਾਂ ਪਿੰਡ ਨੂੰ ਨਿਕਲ ਜਾਵਾਂਗੇ। ਪਰ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਣਾ, ਕਿਉਂਕਿ ਐਤਵਾਰ ਦਾ ਦਿਨ ਚੜ੍ਹ ਚੁੱਕਾ ਆ, ਹੈ ਨਾ। ਅਤੇ ਜੇ ਨਾ ਹਰਮਨ ਲੇਟ ਹੋ ਗਿਆ, ਹੁਣ ਅਸੀਂ ਪਤਾ ਕਰਨਾ ਕਿ ਅਸੀਂ ਨਵੇਂ ਪੈ ਨਾ ਜਾ ਕੇ ਖਾ ਪੀ ਗਏ ਮਾੜਾ ਮੋਟਾ, ਅਤੇ ਜੇ ਤਾਂ ਹਰਮਨ ਆ ਗਿਆ ਠੀਕ ਆ, ਜੇ ਲੇਟ ਵੀ ਆਇਆ ਸਾਨੂੰ ਉਠਾ ਕੇ ਲੈ ਜੂਗਾ ਪਿੰਡ ਨੂੰ, ਵੇਖੀ ਜਾਊਗੀ, ਨਹੀਂ ਤਾਂ ਫਿਰ ਸਵੇਰੇ ਉੱਠ ਕੇ ਚੱਲ ਜਾਵਾਂਗੇ। ਹੋਰ ਕੀ ਫਿਰ ਇਹੋ ਕਰ ਸਕਦੇ ਹਾਂ, ਹਾਂ ਖੁੱਲ੍ਹਣ ਮਿੱਤਰ ਨਹੀਂ ਖੁੱਲ੍ਹਦਾ ਪਿਆ ਸੀ ਮੁੰਡੇ ਤੋਂ, ਆਪਾਂ ਮਨੇ ਮਾਰੀਏ ਲੇਟੀਆਂ, ਲੋਕ ਲਾ ਦੇ ਤੂੰ। ਓਏ ਹੋਏ ਹੋਏ ਹੋਏ, ਸਰੀਰ ਵੇ ਫਿੱਟ ਹੋਣ ਡਿਆ ਓਏ, ਉੱਧਰ ਸ਼ੀਸ਼ੇ ਵੇ, ਉਹ ਤੇਰਾ ਭੋਲਾ ਜੇ। ਓਏ ਹੋਏ ਡਬੜੇ ਦਾ ਹੀ ਰੌਲਾ ਜੀ, ਹੈਂ ਸ਼ੇਕਰ ਯਾਰ ਸ਼ੇਕਰ ਜਿਮ 'ਚ ਰਹਿ ਗਿਆ, ਫਿਰ ਬੈਗ 'ਚ ਰਹਿ ਭਲਾ, ਦੇਖ ਸਹੀ ਬੈਗ 'ਚ, ਬੈਗ 'ਚ ਤੇ ਚੈੱਕ ਕਰ, ਚੈੱਕ ਤਾਂ ਕਰ, ਚੈੱਕ ਤਾਂ ਕਰ। ਲੈ ਵੀ ਮਿੱਤਰਾ ਥਕਾਵਟ ਇੰਨੀ ਕੁ ਹੋਈ ਨਾ, ਮੇਰਾ ਜਿਮ ਦੇ ਵਿੱਚ ਪਤਾ ਕੀ ਚੀਜ਼ ਕਰਨ ਲਿਆ ਸੀ ਕਿ ਯਾਰ ਫੋਨ ਕਰਾਂ ਬੰਦ ਅਤੇ ਦੋ ਦਿਨ ਫਲੈਟ 'ਚ ਰਵਾਂ ਅਤੇ ਆਪਣੀਆਂ ਨੀਂਦ ਪੂਰੀ ਕਰਾਂ, ਹੈ ਨਾ। ਕਿਉਂਕਿ ਰੋਜ਼ ਰਾਤ ਨੂੰ ਸੌਂਦੇ ਸੌਂਦੇ 1 ਵੱਜ ਜਾਂਦਾ, ਸਵੇਰੇ ਫਿਰ 5:30-6 ਵਜੇ ਮੈਂ ਫਿਰ ਉੱਠ ਪੈਂਦਾ, ਬਹੁਤ ਜ਼ਿਆਦਾ ਨੀਂਦ ਚੜ੍ਹੀ ਪਈ ਸਿਰ ਨੂੰ, ਪਰ ਪਤਾ ਨਹੀਂ ਪੂਰੀ ਹੋਣੀ ਕਿ ਨਹੀਂ ਹੋਣੀ। ਸੋ ਕੋਈ ਨਹੀਂ, ਚਲੋ ਪਿੰਡ ਜਾ ਕੇ ਵੇਖਾਂਗੇ ਹੁਣ, ਜੇ ਚੱਲ ਗਏ ਤੇ ਅੱਜ ਉੱਥੇ ਰਹਿਣ ਨਹੀਂ ਦੇਣਾ ਇੰਨੇ, ਚੰਗਾ ਭਲਾ ਕੇ ਸੌਂ ਗਿਆ ਕੁੜੀ ਆ ਵਾ, ਮੇਰੇ ਕਰਮਾਂ 'ਚ ਸੱਚੀ ਸੋਖ ਨਹੀਂ ਹੈਗਾ, ਸੌਣ ਵਾਲਾ ਤਾਂ ਬਿਲਕੁਲ ਨਹੀਂ ਹੈਗਾ। ਮਾਤਾ ਨੂੰ ਇੱਕ ਦਿਨ ਕਿਹਾ ਬੈਠਾ ਪਿੰਡ, ਮਾਤਾ 6 ਠਾ ਦੀ, 2 ਠਾ ਦਿੰਦੀ ਆ। ਚੱਲ ਚੱਲੀਏ ਮੰਨਿਆ ਕਰਕੇ ਆਪਣੇ ਪੈਗ ਲਾਈ ਸੋਹਣੀ ਪੈਣੀ ਆ, ਮੈਂ ਮੈਨੂੰ ਮੰਨਿਆ ਪਰਚਾਈ ਖੜਦੀ ਪਿੱਛੇ ਸੋਹਣੀ ਡਿੱਗੀ। ਚੱਲ ਚੱਲੀਏ ਗੱਡੀ, ਮੇਰੇ ਲਾਗੇ ਪੈਣਾ, ਗੱਲਾਂ ਮੈਂ ਪਿੱਛੋਂ ਸੁਣਾਈ ਜਾਣੀ ਤੁਹਾਨੂੰ ਬੈਠੇ, ਗੱਲਾਂ ਮੈਂ ਪਿੱਛੋਂ ਸੁਣਾਈ ਜਾਣੀ ਬੈਠੇ ਦੇਖੀ। ਜੇ ਤੂੰ ਸੌ ਗਿਆ ਨਾ, ਮੈਂ ਵੀ ਸੌ ਗਿਆ, ਧਰਮ ਰਾਜ ਕੋਠਾ ਕੇ ਜਾ ਕੇ ਬਲੌਗ ਉੱਤੇ ਕਰਦਾ ਨਾ, ਕਿਤੇ ਜਾ ਕੇ ਚੱਲ ਵੀ ਮਿੱਤਰਾ ਯਾਰ ਹੁਣੀ ਤੋਂ ਗਏ ਜੇ ਤਿਆਰ, ਨੀਂਦ ਚ ਲੈ ਕੇ ਜਾਣਾ ਪਿੰਡ ਨੂੰ। ਚੱਲ ਚੱਲੀਏ ਬੇ ਭਾਜੀ, ਆਹ ਕਰੀਮ ਫੜਾ ਵੀ ਪਾ ਪਿਆ ਚੋਏ, ਇੱਕੋ ਤਾਂ ਕਰੀਮ ਮਾੜੀ ਮੋਟੀ ਜਿਹੜੀ ਲਾਉਣੀ ਹੁੰਦੀ ਹੈ, ਫੜੋ ਬੋਰੀ ਬਿਸਤਰਾ ਮਾਰੋ, ਬੋਏ ਬੋਏ ਕਰੋ, ਬੱਤੀਆਂ ਬੰਦ, ਭੂਤ ਅੰਕਲ ਨੇ ਆਪੇ ਜੀ ਕਰ ਲੈਣੀ ਜੇ ਲੋੜ ਪਈ, ਮੈਂ ਭੂਤ ਅੰਕਲ ਨੇ ਆਪੇ ਜੀ ਕਰ ਲੈਣੀ ਜੇ ਇਹਨੂੰ ਲੋੜ ਪਈ, ਬਾਰੀਆਂ ਬੁਰੀਆਂ ਖੋਲ ਲੈਂਦਾ ਆਪੇ, ਇਹਨਾਂ ਨੂੰ ਧਿਆਨ ਰੱਖਦਾ ਉਹ। ਚੱਲ ਚੱਲੀਏ ਬੰਨੇ, ਸੌਂਦੇ ਫਿਰਦੇ ਬੰਦੇ ਹੱਡੇ ਉੱਤੇ ਫਿਰਦੇ ਵੇ, ਉੱਠਦਾ ਮੇਰਾ ਪੁੱਤ, ਪਿੰਡ ਜਾ ਕੇ ਵੀ ਸੋਣਾ ਨਸੀਬ ਨਹੀਂ ਹੋਣਾ, ਆਪਾਂ ਕੱਲ੍ਹ ਕਿਤੇ ਕੰਮ ਜਾਣਾ ਹੈ। ਚਾਬੀ ਚੰਗਾ ਵੀ, ਬਾਏ ਬਾਏ, ਮਿਲਤੇ ਹੈ ਅੰਕਲ ਜੀ, ਆ ਕੇ ਆਪਕੋ ਉਹਦੇ ਬਟਨ ਆਪਣੇ ਉੱਠਦਾ ਆਉਣ ਵਾਲੀ ਬਣੇ ਵਿਚਾਰੀ ਮਿੱਤਰਾ ਗੁਰੂ ਮਹਾਰਾਜ ਦਰਸ਼ਨ ਮਿਲੇ, ਆਪਾਂ ਕਰ ਲਏ ਜੇ, ਚੱਲੇ ਹਾਂ ਪਿੰਡ ਨੂੰ, 1:00 ਵੱਜ ਗਏ, 2 ਹੀ ਵੱਜ ਗਏ। ਲੈ ਵੀ ਮੈਨੂੰ ਲੱਗਿਆ 1 ਵੱਜਾ ਕਦੇ, ਗੱਡੀ ਸਾਡੀ ਤਿਆਰ ਜੇ, ਅਤੇ ਯਾਰ ਨਹੀਂ ਲੱਗੇ ਨਿਕਲ, ਅਤੇ ਪਿੰਡ ਜਾ ਕੇ ਲਵਾਂਗੇ ਸਾਹ, ਆਪਾਂ ਤਾਂ ਆਪਣੀ ਰਜਾਈ ਸੁੱਟ ਲਈ। ਕਹਿੰਦੇ ਕਿੱਥੇ ਪਹੁੰਚ ਗਏ, ਕਹਿੰਦੇ ਪਿੰਡ ਵਾਲੇ ਰੋਡ 'ਤੇ ਪਹੁੰਚ ਗਏ, ਅਤੇ ਹਾਲ ਵੇਲ ਵਾਡੇ ਬੰਦਿਆਂ ਦਾ, ਹੈਂ ਸਾਰੀ ਰਾਤ ਸੜਕਾਂ 'ਤੇ ਕੱਢਤੀ, ਇਹਨਾਂ ਨੂੰ ਮੈਂ ਤੁਰਨ ਲੱਗਿਆਂ, ਪਤਾ ਕੀ ਕਿਹਾ ਸੋਹਣਾ ਸਾਹਿਬ ਤੋਂ, ਮੈਂ ਕਿਹਾ ਸੌਂ ਜਾਓ ਇੱਥੇ, ਤੜਕੇ ਉੱਠ ਕੇ ਤੁਰ ਪਾਂਗੇ, ਪਰ ਨਹੀਂ, ਕਿੱਥੇ ਮੰਨੀ ਇਹਨਾਂ ਨੇ ਮੇਰੀ, ਪਹਾੜੀ ਲੱਗ 'ਚ ਘੁਮਾ ਲਿਆ ਮੈਨੂੰ, ਘਰ ਜਾ ਕੇ ਗੱਲ ਦੱਸਦਾ, ਉਹਨੇ ਦੱਸਦਾ ਰੂਪਨਗਰ ਤੋਂ ਸਾਲੇ ਨੇ ਗੱਡੀ ਸਿੱਧੀ ਪਾ ਦਿੱਤੀ, ਪਹਾੜਾ ਪੂੜਾ ਤੁਰੇ ਪਏ, ਦਰੇ ਖੱਜਰ ਖੁੱਜਲ ਹੋ ਗਏ, ਅਤੇ ਫਿਰ ਬਾਅਦ ਮੈਨੂੰ ਉਠਾਇਆ, ਕਹਿੰਦੇ ਆਪਣੇ ਗਲਤ ਆ ਗਏ, ਨੀਂਦਰ 'ਚ ਕੰਮ ਤੁਸੀਂ ਹੋਰ ਹੀ ਕਰ ਦੇਣਾ ਸੀ ਨੀਂਦਰ 'ਚ, ਮੈਂ ਦੱਸਿਆ ਮੈਂ ਗੋਲੀ ਦੇਣਾ, ਤੁਸੀਂ ਫਿਰ ਦੋਵੇਂ ਵੇਖਣਾ ਚਾਹਣਾ,
ਮੈਨੂੰ ਤੇਰਾ ਵਾ ਤੂੰ ਵੀ ਸਾਡਾ ਗੋਲੀ ਦਾ ਮਨਾ ਕਹਿੰਦਾ ਫਜਣਾ ਸੀ ਮੋਟਰ ਬਸ ਹੋ ਗਿਆ ਕੰਮ ਖਰਾਬ ਹੀ ਆ ਐਰ ਕੀ ਮੌਸਮ ਖਰਾਬ ਹੀ ਰਿਹਾ ਨਾ ਪਹਿਲਾਂ ਹੜਾਂ ਵਾਲਾ ਕੰਮ ਆ ਗਿਆ ਹੁਣ ਵੀ ਜੇ ਆ ਮਟਰ ਲਾਏ ਤੇ ਆ ਮਟਰ ਆ ਮੀਂਹ ਥੋੜ੍ਹੀ ਚਾਹੀਦਾ ਮਟਰਾਂ ਦੇ ਵਿੱਚ ਬਹੁਤ ਜ਼ਿਆਦਾ ਪੈ ਗਿਆ ਰਾਜ ਕਿੰਨਾ ਸੀ ਤੇਰੇ ਸਾਹਮਣੇ ਕਿੱਦਾਂ ਆਇਆ ਬਹੁਤ ਜ਼ਿਆਦਾ ਤੂੰ ਤਾਂ ਪੂਰੀ ਪੂਰੀ ਕੋਸ਼ਿਸ਼ ਕੀਤੀ ਗੱਡੀ ਮੋੜ ਦੇ ਵਿੱਚ ਬਸ ਲਾਉਂਦੀ ਪਰ ਨਹੀਂ ਲੱਗੀ ਨਹੀਂ ਤੇਰੇ ਕੋਲ ਅੱਜ ਬੰਦੇ ਸਾਡੇ ਪਤਾ ਨਹੀਂ ਕਦੋਂ ਰੱਜੇ ਸੀ ਸਿੱਧੀ ਖਿੱਚਦੀ ਮੈਂ ਰੂਪਨਗਰ ਤੋਂ ਇਹਨਾਂ ਨੂੰ ਪਤਾ ਨਹੀਂ ਇੱਧਰ ਮੁੜਨਾ ਸੀ ਆਪਾਂ ਹੈ ਦੇਖਿਆ ਤੈਨੂੰ ਹੈ ਨਹੀਂ ਧਿਆਨ ਤੇਰਾ ਕਿੱਥੇ ਮੈਂ ਸਮਝ ਨਹੀਂ ਆਈ ਮੈਂ ਚਾਹ ਵੀ ਨਹੀਂ ਪੀਤੀ ਗੁਰੂ ਬਿਸਕੁਟ ਖਾ ਗਏ ਸਾਰੇ ਬਸ ਠੀਕ ਹੈ ਚਾਹ ਬਣਾ ਕੇ ਉਹਨੂੰ ਬਿਸਕੁਟ ਖਾ ਕੇ ਤੁਰੀਏ ਫਿਰ ਲੱਗਦਾ ਪਤਾ ਮੌਸਮ ਦਾ ਕਿੰਨਾ ਫਰਕ ਪਿਆ ਕੱਛਾਂ ਦੀਆਂ ਬਾਹਾਂ ਲਈਆਂ ਹਨ ਤਾਂ ਹੀ ਮੈਂ ਪੂਰੀ ਬਾਰੀ ਪਾਈ ਉੱਥੇ ਮੈਨੂੰ ਪਤਾ ਸੀ ਕਈ ਬਿਮਾਰ ਥੋੜ੍ਹੀ ਹੋਣਾ ਵਾ ਆ ਜਾ ਬਾਹਰ ਪਿੱਛੇ ਨਿਕਲ ਗਈ ਤੇਰੇ ਪਿੱਛੇ ਵੜ ਗਿਆ ਜਾ ਕੇ ਉਹ ਭਲੇ ਮੋਦਾ ਵਾਹੀਆਂ ਮੋਦਾ ਸਤਿ ਸ੍ਰੀ ਅਕਾਲ ਮੋਦਾ ਸਤਿ ਸ੍ਰੀ ਅਕਾਲ ਮੋਦਾ ਸਤਿ ਸ੍ਰੀ ਅਕਾਲ ਤੂੰ ਤਾਂ ਛੇ ਉੱਠ ਗਿਆ ਮੀਂਹ ਆ ਪਹਿਲੀ ਪੁੱਛ ਨੂੰ 6 ਘੰਟੇ ਰੋਡ ਤੇ ਕੱਢਦੇ ਆ ਪਹਾੜੀ ਲੱਗੇ ਲੈ ਗਿਆ ਸਾਨੂੰ ਮੈਂ ਵੀ ਬੰਦੇ ਸਾਡੇ ਨਾਲ ਮੈਂ ਆਖਿਆ ਸੀ ਕਿ ਉੱਥੇ ਸੌਂ ਜਾਓ ਘੜੀ ਉਧਰੇ ਮੰਨੇ ਨੇ ਮੇਰੇ ਵਾਲੀ ਸੀਟ ਕਿੱਦਾਂ ਸਾਂਭੀ ਵੇ ਹੈਂ ਗੁੱਛੀ ਮਾਰੀ ਉਹਨੇ ਅਸੀਂ ਅੱਜ ਕਿਤੇ ਜਾਣਾ ਵਾ ਤੇ ਅਸੀਂ ਹੁਣ ਘਰੇ ਆਏ ਸਿਰਫ ਹੱਥ ਲਾਉਣੀ ਇੱਕ ਹਿਸਾਬ ਦਾ ਤੇ ਵਲੌਗ ਦੀ ਐਂਡਿੰਗ ਕਰਨੀ ਉਹ ਅਸੀਂ ਵਲੌਗ ਨਹੀਂ ਬਣਾਉਣਾ ਜਿੱਥੇ ਜਾਣਾ ਜਾਣਾ ਹੀ ਤੈਨਾਂ ਨਹੀਂ ਆ ਤੇ ਜ਼ੋ ਚਾਹ ਚੂਹ ਪੀ ਕੇ ਨਿਕਲ ਜੀਏ ਨਾ ਕੱਪੜੇ ਲੈ ਲਈਏ ਚੱਲ ਜਾ ਹੱਟ ਜਾ ਉਹ ਮੰਨੇ ਅਯੋ ਖੋਲਤਾ ਹੀ ਕਮਰਾ ਉੱਥੇ ਲੰਮੇ ਪੈ ਜਾ ਮਾਮਾ ਗੱਡੀ ਪੇ ਹੈਂ ਆ ਜਾ ਉੱਥੇ ਪੈ ਜਾ ਉੱਥੇ ਗੱਲ ਜਾਨਵਰਾਂ ਦਾ ਪਿਆਰ ਹੀ ਇਹੋ ਪਿਆਰ ਇਹਨਾਂ ਦਾ ਮਿੱਤਰਾ ਜਿੰਨਾ ਚਿਰ ਹਰਮਨ ਚਾਹ ਬਣਾਉਂਦਾ ਮੈਂ ਤੈਨੂੰ ਗੱਲ ਪੁੱਛਣ ਲੱਗਾ ਤੁਹਾਨੂੰ ਸਾਰਿਆਂ ਨੂੰ ਹੀ 2024 ਦੇ ਵਿੱਚ ਰਹਿ ਗਏ 3 ਮਹੀਨੇ ਹੈ ਨਾ ਅਕਤੂਬਰ ਨਵੰਬਰ ਦਸੰਬਰ ਕਦੇ ਤੁਸੀਂ ਆਪਣੇ ਆਪ ਨੂੰ ਸਵਾਲ ਕੀਤਾ ਕਿ ਅਸੀਂ ਆਹ ਵੀ ਸਾਲ ਲੰਘ ਜੋ ਲੱਗਾ ਤਾਂ ਅਸੀਂ ਆਪਣੀ ਆਹ ਸਾਲ ਦੇ ਵਿੱਚ ਆਪਣੀ ਜ਼ਿੰਦਗੀ 'ਚ ਨਵਾਂ ਕੀ ਐਡ ਕੀਤਾ ਆਪਣੇ ਲਈ ਕੀ ਕੀਤਾ ਮੇਰੇ ਹਿਸਾਬ ਨਾਲ ਇੱਦਾਂ ਲੰਘ ਜੋ ਲੱਗਾ ਜਿੱਦਾਂ ਬਾਕੀ ਸਾਲ ਲੰਘ ਗਏ ਹੈ ਨਾ ਆਪਣੇ ਆਪ ਨੂੰ ਸਵਾਲ ਕਰਕੇ ਦੇਖਿਓ ਇਸ ਚੀਜ਼ ਦਾ ਪੁੱਛਿਓ ਆਪਣੇ ਆਪ ਨੂੰ ਕਿ ਨਵਾਂ ਸਾਲ ਆਉਣ ਵਾਲਾ ਉਹ 3 ਕੁ ਮਹੀਨੇ ਰਹਿ ਗਏ ਆ 2 ਹੀ ਰਹਿ ਗਏ ਆਹ ਵੀ ਨਾ ਲੱਗਿਆ ਹੈ ਨਾ ਆਪਣੇ ਆਪ ਨੂੰ ਪੁੱਛਿਓ ਭਲਾ ਕਿ ਅਸੀਂ ਆਹ ਸਾਲ ਵਿੱਚ ਕੀ ਕੀਤਾ ਜਦੋਂ ਨਵਾਂ ਸਾਲ ਚੜ੍ਹਦਾ ਵਾ ਜਾਂ ਨਵਾਂ ਸਾਲ ਨੇੜੇ ਆਉਂਦਾ ਵਾ ਉਦੋਂ ਆਪਾਂ ਬੜੇ ਤਗੜੇ ਤਗੜੇ ਸੁਪਨੇ ਵੇਖਦੇ ਹਾਂ ਇਸ ਸਾਲ 'ਤੇ ਐਂ ਕਰ ਦੇਣਾ ਜਿਉਂ ਕਰ ਦੇਣਾ ਇੱਦਾਂ ਕਰਨਾ ਉੱਦਾਂ ਕਰਨਾ ਸੋਚਿਆ ਭਲਾ ਕੀ ਕੀਤਾ ਅਤੇ ਫਿਰ ਅਗਲੇ ਵਲੌਗ ਤੁਹਾਨੂੰ ਮੈਂ ਦੱਸੂੰਗਾ ਕਿ ਮੈਂ ਆਪਣੀ ਜ਼ਿੰਦਗੀ 'ਚ ਇਸ ਸਾਲ ਦੇ ਵਿੱਚ ਕੀ ਕੀਤਾ ਤੁਹਾਨੂੰ ਵੇਖਣ ਨੂੰ ਹੀ ਮਿਲ ਜਾਣਾ ਅਗਲੇ ਹਫ਼ਤੇ ਵਾਲੇ ਵਲੌਗਾਂ ਜਿਹੜੇ ਆਪਾਂ 365 ਦਿਨ ਵਾਲੇ ਵਲੌਗ ਪਾਉਣੇ ਆ ਤੁਹਾਨੂੰ ਉਹਦੇ ਵਿੱਚ ਵੇਖਣ ਨੂੰ ਚੀਜ਼ਾਂ ਮਿਲ ਜਾਣੀਆਂ ਹੋਰ ਕਿ ਇਸ ਸਾਲ 'ਚ ਕੀਤਾ ਕੀ ਅਤੇ ਕੀ ਕਰਨ ਡੇ ਆ ਜਿਹੜੀਆਂ ਹੁਣ ਤੱਕ ਵਲੌਗ 'ਚ ਵਿਖਾਈਆਂ ਹੀ ਨਹੀਂ ਆ ਹੈ ਨਾ ਅਤੇ ਬਾਕੀ ਤੁਹਾਨੂੰ ਦੱਸੂੰਗਾ ਬੜੀਆਂ ਗੱਲਾਂ ਹੋਰ ਵੀ ਆਹ ਤੁਸੀਂ ਆਹ ਇਹਦੇ ਚੀਜ਼ ਤੁਸੀਂ ਕਮੈਂਟ ਕਰਕੇ ਜਵਾਬ ਦੇਣਾ ਕਿ ਕੀਤਾ ਕਿ ਨਹੀਂ ਕੀਤਾ ਜੇ ਕੀਤਾ ਤਾਂ ਕੀ ਕੀਤਾ ਠੀਕ ਆ ਕਮੈਂਟ ਪੜ੍ਹੂੰਗਾ ਮੈਂ ਇਹ ਵਲੌਗ ਚਲੋ ਸਾਰਿਆਂ ਦੇ ਪੜ੍ਹਦਾ ਅਤੇ ਕਮੈਂਟ ਪੜ੍ਹ ਕੇ ਮੈਂ ਲਾਈਕ ਹੀ ਤਾਂ ਕਰਦਾ ਨਾ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਮੈਂ ਕਮੈਂਟ ਪੜ੍ਹ ਲਿਆ ਵਾ ਠੀਕ ਹੈ ਮੇਰੀ ਜਾਣ ਚੱਲ ਬਈ ਮਿੱਤਰਾ ਚਾਹ ਪਾਣੀ ਨੇੜ ਲੈ ਚੱਲੀਏ ਘਰ ਕੋਤੇ ਵਲੌਗ ਦੀ ਕਰਦੇ ਹਾਂ ਐਂਡਿੰਗ ਹੁਣ ਮਿਲਾਂਗੇ ਨਵੇਂ ਵਲੌਗ ਦੇ ਨਾਲ ਬਸ ਕੱਲ੍ਹ ਦਾ ਵਲੌਗ ਅੱਜ ਦਾ ਵਲੌਗ ਮਿਸ ਹੋਣਾ ਮਤਲਬ ਕਿ ਜਿਹੜਾ ਅਸੀਂ ਬਣਾਉਣਾ ਆਪਣਾ ਵਲੌਗ ਬਣ ਰਿਹਾ ਜਿਹੜਾ ਵਲੌਗ ਬਣਾਉਣਾ ਬਣਾਉਣਾ ਨਹੀਂ ਅਸੀਂ ਅੱਜ ਆਪਣੇ ਇੱਕ ਦੋ ਕੰਮ ਧੰਦੇ ਕਰਕੇ ਉਹ ਤੋਂ ਬਾਅਦ ਫਿਰ ਕੱਲ੍ਹ ਤੋਂ ਕਰਨੇ ਸਟਾਰਟਿੰਗ ਹੈ ਨਾ ਫਿਰ ਕੱਲ੍ਹ ਤੋਂ ਨੱਪਦੇ ਹਾਂ ਗਿੱਲੀਆਂ ਠੀਕ ਹੈ ਮੇਰੀ ਜਾਨ ਬਾਏ ਬਾਏ ਇਹਦੇ ਬਸ ਤੇਰਾ ਨਜ਼ਾਰੇ ਲਾਓ ਜ਼ਿੰਦਗੀ ਦੇ ਹੈਂ ਇਹੀ ਜ਼ਿੰਦਗੀ ਆ ਇਹ ਤੋਂ ਬਾਅਦ ਪਤਾ ਨਹੀਂ ਕਿਹੜੀਆਂ ਪਰੀਆਂ ਉੱਤੇ ਕਹਿ ਦਿੰਦੇ ਪਤਾ ਨਹੀਂ ਹੈਗੀਆਂ ਨਹੀਂ ਹੈਗੀਆਂ ਹੈਂ ਜਿਹੜਾ ਦੇਖਦਾ ਨਾ ਅਸਲ ਦੇ ਚਾਪਾਂ ਨੂੰ ਬਸ ਉਹੀ ਸੱਚ ਆ ਉਹ ਭਰੀਆਂ ਪੁਰੀਆਂ ਵੇਖਣ ਤਾਂ ਨਾ ਜਾਇਓ ਤਾਂ ਨਾ ਜਾਇਓ ਭਰੀਆਂ ਪੁਰੀਆਂ ਨਹੀਂ ਹੈਗੀਆਂ ਮੈਂ ਅੱਗੇ ਨਾ ਪਹਿਲਾਂ ਗੱਲ ਕਰਨ ਡਿਆ ਮੈਂ ਹਾਂ ਆਹ ਵੀ ਸਾਲ ਲੰਘ ਲੱਗਾ ਕਦੇ ਸੋਚਿਆ ਕਿ ਆਹ ਸਾਲ ਚਾਪਾਂ ਕੀਤਾ ਕੀ ਆ ਉਹ ਪਹਿਲਾਂ ਵਾਲੇ ਕੰਮ ਨਸ਼ਾ ਪਤਾ ਚੱਲਿਆ ਕੁੜੀ ਆ ਕੇ ਗੱਲ ਕਹਿੰਦੀ ਕਿ ਅਸੀਂ ਕੀਤਾ ਮੈਂ ਤੁਹਾਨੂੰ ਇਹਨਾਂ ਨੂੰ ਸਵਾਲ ਪੁੱਛਿਆ ਸਾਰੇ ਭਰਾਵਾਂ ਨੂੰ ਮੈਂ ਕਿਹਾ ਤੁਸੀਂ 2023 ਦੇ ਲੰਘ ਲੱਗਾ 3 ਮਹੀਨੇ ਰਹਿ ਗਏ ਆ ਜਦੋਂ 24 ਆਉਣਾ ਨਾ ਜਦੋਂ ਇੰਡਲੇ 5 ਦਿਨ ਆਉਣੇ ਬੜੇ ਸੁਪਨੇ ਵੇਖਣੇ ਆ ਆਹ ਕਰਨਾ ਐਸਾ ਨਾ ਕਰਨਾ ਜੇ ਕਰਨਾ ਕਰਨਾ ਫਿਰ ਕੁਝ ਨਹੀਂ ਆ ਤਾਂ ਕਰਕੇ ਮੈਂ ਪੁੱਛਿਆ ਮੈਂ ਕਿਹਾ ਮੈਨੂੰ ਇਹ ਚੀਜ਼ ਤਾਂ ਤੁਸੀਂ ਜਵਾਬ ਦੇਣਾ ਕਮੈਂਟ ਕਰਕੇ ਕਿ ਆਹ ਸਾਲ 'ਚ ਤੁਸੀਂ ਕੀ ਚੀਜ਼ ਕੀਤਾ ਆਪਣੇ ਲਈ ਕੀ ਕੀਤਾ ਤੁਸੀਂ ਹੈ ਨਾ
ਦੱਸਣੀ ਹੈ ਇਹ ਚੀਜ਼ ਕਮੈਂਟ ਕਰਕੇ। ਬਾਕੀ ਮੇਰੀ ਜਿਹੜਾ ਸਨੈਪਚੈਟ ਇੰਸਟਾਗ੍ਰਾਮ ਦਾ ਗੇੜਾ ਮਾਰਿਆ ਕਰੋ। ਜਿਹੜੇ ਚੈਨਲ ਨੂੰ ਆਪਣੇ ਦੇ ਨਵੇਂ ਭਰਾ ਜੁੜੇ ਆ ਉਹਨਾਂ ਦਾ ਵੈਲਕਮ ਆ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਨਵੇਂ ਮੈਸੇਜ ਮੈਨੂੰ ਬਹੁਤ ਆਏ ਕਿ ਵੀ ਤੇਰਾ ਵਲੋਗ ਅਸੀਂ ਪਹਿਲੀ ਵਾਰ ਵੇਖਿਆ ਸਾਨੂੰ ਵਧੀਆ ਲੱਗਾ। ਜੇ ਮੇਰੀ ਜਾਂ ਤੁਹਾਨੂੰ ਵਲੋਗ ਵਧੀਆ ਲੱਗਦੇ ਆ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਕਮੈਂਟ ਕਰਦਿਆ ਕਰੋ। ਜਾਂਦੇ ਜਾਂਦੇ ਕੋਈ ਚੀਜ਼ ਚੰਗੀ ਲੱਗਦੀ ਹੈ, ਕੋਈ ਚੀਜ਼ ਮਾੜੀ ਲੱਗਦੀ, ਜਿੱਦਾਂ ਘਰ ਬਣਦਾ ਪਿਆ ਵਾ ਉਸ ਪ੍ਰਤੀ ਬੜੇ ਵੀਰ ਭਰਾ ਸਲਾਹਾਂ ਦਿੰਦੇ ਆ, ਹੈ ਨਾ, ਅਤੇ ਕਮੈਂਟ ਕਰਦੇ ਕਰੋ ਉਹ ਚੀਜ਼ 'ਤੇ। ਬੰਦਾ ਗੌਰ ਕਰ ਲੈਂਦਾ ਕਿ ਯਾਰ ਆਹ ਕਿਸੇ ਵੀਰ ਨੇ ਸਲਾਹ ਦਿੱਤੀ ਸੀ। ਅਤੇ ਕਈ ਵਾਰ ਕੁਛ ਚੀਜ਼ ਆਪਣੇ ਆਪ ਨੂੰ ਨਹੀਂ ਪਤਾ ਲੱਗਦੀ, ਦੂਜੇ ਬੰਦੇ ਨੂੰ ਜ਼ਿਆਦਾ ਪਤਾ ਲੱਗਣ ਨਹੀਂ ਕਿ ਆਹ ਚੀਜ਼ ਇੱਦਾਂ ਜੀ ਕੀਤੀ ਜਾਵੇ ਤਾਂ ਵਧੀਆ ਹੋ ਜਾਊਗੀ। ਸੋ ਮੇਰੀ ਜਾਨ ਮਿਲਦੇ ਹਾਂ ਨਵੇਂ ਵਲੋਗ ਦੇ ਨਾਲ। ਬਾਏ ਬਾਏ ਜੀ ਦੇ ਬਾਦੇ ਰਹੋ ਦੇ ਨਜ਼ਾਰੇ।